ਰੋਜ਼ ਰੋਜ਼ ਕਿਹਨੇ ਮੰਗੇ ਤੇਰੇ ਤੋਂ ਪੈਸੇ? ਗੱਲਾਂ ਦੇ ਕਈਆਂ ਜੇ ਕਰਦਾ, ਫਿਰ ਕੀ ਲੋੜ ਆ ਗਿਆ ਜੇ ਮੇਰੇ ਘਰ ਦਿੰਦੇ ਤੋਂ ਮਦਦ ਮੰਗ ਲਈ? ਬੇ ਅੰਗਰੇਜ਼, ਹਾਂ ਪ੍ਰੀਤਮ ਆਇਆ ਤੇ ਅੱਜ ਵਿਚੋਲਾ ਆਪਣੀ ਸੁਖਪਾਲ ਵਾਸਤੇ ਮੁੰਡੇ ਦੀ ਦਾ ਸਪਾਈ ਹੈ, 8 ਕਿੱਲੇ ਵਾਹਣਦੇ ਆਉਂਦੇ ਨੇ ਮੁੰਡੇ ਨੂੰ, ਬਾਹਲੀ ਵਧੀਆ ਮੁੰਡਾ, ਖਾਂਦਾ ਨੀ ਪੀਂਦਾ ਨੀ, ਨਸ਼ਾ ਨੀ ਨੱਪਾ ਨੀ ਕੋਈ। ਅੱਛਾ, ਹਾਂ ਫਿਰ ਤਾਂ ਵਧੀਆ ਬੇ, ਹੈ ਤਾਂ ਵਧੀਆ, ਇੱਕ ਚੱਕਰ ਹੈ ਮੁੰਡਾ ਥੋੜਾ ਜਿਹਾ ਲੰਘ ਮਾਰਦਾ। ਅੱਛਾ ਲੰਘ ਮਾਰਦਾ, ਕਿੰਨਾ ਕੁ ਮਾਰਦਾ ਬੇਬੇ? ਬੇ ਉਹ ਕਹਿੰਦਾ ਨਾ ਤਾਂ ਵੱਧ ਮਾਰਦਾ ਨਾ ਹੀ ਘੱਟ ਮਾਰਦਾ, ਤੁਰਨ ਤੋਂ ਪਤਾ ਲੱਗਦਾ ਕਹਿੰਦੇ ਵੀ ਮੁੰਡਾ ਲੰਘ ਮਾਰਦਾ। ਬੇ ਕੁਛ ਵੀ ਹੋਵੇ ਇਹ ਰਿਸ਼ਤਾ ਆਪਾਂ ਨੇ ਛੱਡਣਾ ਨੀ, 8 ਕਿੱਲੇ ਜ਼ਮੀਨ ਦੇ ਕਿੱਥੇ ਧਰੇ ਪਏ ਨੇ। ਹਾਂ ਇਹ ਤਾਂ ਗੱਲ ਬੇਬੇ ਤੇਰੀ ਸਹੀ ਹੈ, ਭਰਾ ਤਾਂ ਨਹੀਂ ਹੈਗਾ ਕੋਈ, ਇਕੱਲੀ ਹੈ ਮੁੰਡਾ। ਬੇ ਨਾ ਨਾ ਇਕੱਲਾ ਇਕੱਲਾ ਮੁੰਡਾ ਹੈ, ਭੈਣ ਉਹਦੀ ਵਿਆਹੀ ਹੋਈ ਹੈ। ਫਿਰ ਤਾਂ ਵਧੀਆ ਬੇਬੇ, ਰਿਸ਼ਤਾ ਛੱਡਣ ਵਾਲਾ ਤਾਂ ਹੈ ਨਹੀਂ ਇਹ, ਪਰ ਉਹ ਐਂ ਕਹਿੰਦਾ ਸੁਖਬਾਲ ਨੂੰ ਪੁੱਛ ਲਈ, ਉਹ ਮੈਨੂੰ ਵੀ ਪਤਾ ਨਹੀਂ ਨਾ ਮੈਨੂੰ। ਬੇ ਮੰਨੂਗੀ ਕਿਉਂ ਨਹੀਂ, ਉਹ ਕੀ ਲੋਕਾਂ ਦੀਆਂ ਕੁੜੀਆਂ ਵਰਗੀ ਕੁੜੀ ਹੈ, ਉਹ ਤਾਂ ਜਿਵੇਂ ਮੈਂ ਕਹਿਤਾ ਉਵੇਂ ਜਿਵੇਂ ਮੰਨੂ। ਉਹ ਤਾਂ ਗੱਲ ਠੀਕ ਹੈ ਬੇਬੇ, ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਉਹ ਲੰਗੜੇ ਨਾਲ ਵਿਆਹ ਕਰਵਾਉਣ ਨੂੰ ਮੰਨ ਲੂ। ਬੇ ਮੰਨ ਜੂ ਮੈਂ ਉਹਨੂੰ ਇਹੀ ਸਮਝਾਉਂ ਵੀ ਜੇ ਪੁੱਤ ਚੰਗੇ ਘਰੇ ਵਿਆਹੀ ਜਾਵੇਗੀ ਤਾਂ ਤੂੰ ਸਾਡੀ ਵੀ ਮਦਦ ਕਰ ਸਕੇਗੀ। ਬੇ ਮੇਰੀ ਇੱਕ ਗੱਲ ਹੋਰ ਸੁਣ ਲੈ ਅੰਗਰੇਜ਼, ਇਕੱਲਾ ਮੁੰਡਾ ਲੰਗੜਾ ਨਹੀਂ, ਮੁੰਡਾ ਪੜਿਆ ਵੀ 7-8 ਹੀ ਹੈ। ਅੱਛਾ ਹਾਂ ਆਪਣੀ ਸੁਖਪਾਲ ਤਾਂ 12 ਪੜ੍ਹੀ ਹੈ ਫਿਰ? ਬੇ ਫਿਰ ਕੀ ਹੋ ਗਿਆ ਜੇ 12 ਪੜ੍ਹੀ ਹੈ, ਪੜ੍ਹ ਕੇ ਕਿਹੜਾ ਉਹ ਜੱਜ ਲੱਗ ਗਈ, ਜਿਵੇਂ ਮੈਂ ਕਹੂੰਗੀ ਸੁਖਪਾਲ ਨੂੰ ਮੰਨਣਾ ਹੀ ਪਊਗਾ। ਹਾਂ ਬੇਬੇ 8 ਕਿੱਲੇ ਕਿਹੜਾ ਥੋੜੇ ਹੁੰਦੇ ਆ ਭੈਣ ਦੇਣੇ ਦੇ। ਬੇ ਪੁੱਤ ਨਾਲੇ ਆਪਾਂ ਮੁੰਡੇ ਵਾਲਿਆਂ ਤੋਂ 5 ਲੱਖ ਰੁਪਇਆ ਲਵਾਂਗੇ। ਲਾ ਦੇ ਬੇਬੇ ਬਰੰਜੀਆਂ ਲਾ ਦੇ, ਮੈਂ ਤਾਂ ਐਂ ਕਹਿਣਾ ਸੀ ਬੇਬੇ ਮੁੰਡੇ ਵਾਲੇ 5 ਲੱਖ ਰੁਪਇਆ ਦੇ ਦੇਣਗੇ। ਬੇ ਦੇਣਗੇ ਕਿਉਂ ਨਹੀਂ, ਮਾਂ ਪੁੱਤੀ ਨੇ ਘਰੇ ਦੋਨੇ, ਮੁੰਡਾ ਲਾਂਗੜੇ ਕਰਕੇ ਤਾਂ ਵਿਆਹ ਨਹੀਂ ਹੋਇਆ, 8 ਕਿੱਲੇ ਹੋਣ ਕਰਕੇ ਤਾਂ ਵੀ ਵਿਆਹ ਵਾਲਾ ਨਹੀਂ ਕੋਈ ਆਇਆ। ਕੌਣ ਪੁੱਛਦਾ ਅੱਜ ਕੱਲ੍ਹ ਕੁੜੀਆਂ ਕਦੋਂ ਵਿਆਹ ਕਰਾਉਂਦੀਆਂ ਨੇ, ਲਾਂਗੜੇ ਮੁੰਡੇ ਨਾਲ, ਅੱਜ ਕੱਲ੍ਹ ਤਾਂ ਚੰਗੇ ਪਹਿਲਾਂ ਦੇ ਨਹੀਂ ਕਰਾਉਂਦੀਆਂ। ਅੱਛਾ ਸਮਝ ਗਿਆ ਮੈਂ। ਬੇ ਪ੍ਰੀਤਮ ਆਇਆ ਸੀ, ਉਹਨੂੰ ਆਸ ਹੈਗੀ ਸੀ ਵੀ ਆਪਾਂ ਹਾਂ ਕਰ ਦਿਆਂਗੇ। ਹਾਂ ਹਾਂ ਜਦੋਂ ਤੈਨੂੰ ਹਾਂ ਕਰਤੀ ਫਿਰ ਤਾਂ ਪਸੰਦ ਹੀ ਉਹ ਸੁਖਪਾਲ ਨੂੰ ਲੰਗੜਾ ਮੁੰਡਾ। ਬੇ ਪਸੰਦ ਕਿੱਥੇ ਕਰੂ ਉਹਨੂੰ, ਇੱਕ ਜ਼ਮੀਨ ਦੀ ਵਾਰੀ ਹਾਂ ਕਰੂ, ਬਾਕੀ ਇਕੱਲੀ ਦੀ ਸਰਦਾਰੀ ਹੋ ਜੂ ਉੱਥੇ। ਬੇ ਆਪਣੇ ਕੋਲ ਤਾਂ 1 ਕਿੱਲਾ, ਸੁਖਪਾਲ ਦੀ ਵੀ ਸੋਚ ਇਹੀ ਹੈ ਵੀ ਜੇ ਮੇਰਾ ਤਕੜੇ ਘਰੇ ਵਿਆਹ ਹੋ ਜੇ ਤਾਂ ਮੈਂ ਮੇਰੇ ਭਾਈ ਦੀ ਮਦਦ ਕਰਾਂ। ਹਾਂ ਹਾਂ ਬੇਬੇ ਵਿਚਾਰੀ ਆਪਣੇ ਬਾਰੇ ਸੋਚਦੀ ਜ਼ਰੂਰ ਹੈ। ਬੇ ਪ੍ਰੀਤਮ ਆਊਗਾ ਆਥਣੇ ਮੇਰੇ ਕੋਲੇ, ਫਿਰ ਆਪਾਂ ਉਹਨਾਂ ਦਾ ਘਰ ਬਾਰ ਦੇਖਣ ਚੱਲਾਂਗੇ, ਨਾਲੇ ਮੁੰਡਾ ਦੇਖ ਆਵਾਂਗੇ ਨਾਲੇ ਘਰ ਬਾਰ ਦੇਖ ਆਵਾਂਗੇ। ਠੀਕ ਹੈ ਬੇਬੇ। ਬਸ ਭੈਣ ਜੀ ਮੁੰਡੇ ਨੂੰ ਤਾਂ ਤੁਸੀਂ ਦੇਖ ਹੀ ਲਿਆ ਤੋਰ ਕੇ ਕਿੰਨਾ ਕੁ ਲੰਘ ਮਾਰਦਾ, ਬਾਕੀ ਰਹਿ ਗਈ ਗੱਲ ਜ਼ਮੀਨ ਦੀ, ਉਹ ਦੇਖਣ ਗਏ ਹੋਏ ਨੇ ਵਿਚੋਲਾ ਤੇ ਤੇਰਾ ਮੁੰਡਾ। ਸਾਡੀ ਭੈਣ ਜੀ ਕਿਸੇ ਗੱਲ 'ਚ ਝੂਠ ਨਹੀਂ ਨਿਕਲਣਾ, ਰੱਤੀ ਭਰ ਵੀ ਝੂਠ ਬੋਲ ਕੇ ਰਿਸ਼ਤੇ ਕਰੇ ਹੋਏ ਕਦੇ ਸਿਰੇ ਚੜੇ ਨੇ? ਦੇਖੋ ਭੈਣ ਜੀ ਇਹ 16 ਆਨੇ ਸੱਚ ਹੈ, ਮੁੰਡਾ ਸਾਡੇ ਵੀ ਪਸੰਦ ਹੈ, ਕੁੜੀ ਦੇ ਵੀ ਪਸੰਦ ਹੈ, ਫੋਟੋ ਅਸੀਂ ਕੁੜੀ ਨੂੰ ਦਿਖਾਤੀ ਸੀ ਮੁੰਡੇ ਦੀ। ਚੱਲ ਫੋਟੋ ਤਾਂ ਤੁਸੀਂ ਦਿਖਾਤੀ ਤੀ ਭੈਣ ਜੀ, ਠੀਕ ਹੈ, ਮੈਂ ਤਾਂ ਐਂ ਕਹਿੰਦੀ ਤੀ ਵੀ ਆਪਾਂ ਆਮਣੋ ਸਾਹਮਣੇ ਕੁੜੀ ਮੁੰਡੇ ਨੂੰ ਕੇਰਾਂ ਬਿਠਾ ਦਿੰਦੇ। ਹਾਂ ਭੈਣ ਜੀ ਉਹ ਵੀ ਬਿਠਾ ਦਾਂਗੇ, ਊ ਤਾਂ ਕੁੜੀ ਮੁੰਡੇ ਨੂੰ ਪਸੰਦ ਹੈ, ਮੁੰਡਾ ਕੁੜੀ ਨੂੰ ਪਸੰਦ ਹੈ, ਰਿਸ਼ਤਾ ਤਾਂ ਆਪਣਾ ਪੱਕਾ ਹੀ ਹੈ। ਚੱਲ ਭੈਣ ਜੀ ਫੇਰ ਵੀ ਫੋਟੋਆਂ ਨਾਲ ਗੱਲ ਨਹੀਂ ਬਣਦੀ, ਕੇਰਾਂ ਕੁੜੀ ਮੁੰਡੇ ਨੂੰ ਦੇਖ ਲੇ। ਕੋਈ ਗੱਲ ਨਹੀਂ, ਉਹ ਤਾਂ ਆਪਾਂ ਰੱਖ ਲੈਂਦੇ ਇੱਕ ਦਿਨ ਦੇਖ ਕੇ ਜੇ। ਤੇ ਮੈਂ ਇੱਕ ਭੈਣ ਜੀ ਤੁਹਾਡੇ ਨਾਲ ਗੱਲ ਜੀ ਕਰਨੀ ਚਾਹੁੰਦੀ ਸੀ, ਤੁਹਾਡੇ ਕੋਲ ਵਿਚੋਲੇ ਨੇ ਕਰੀ ਹੋਣੀ ਗੱਲ? ਉਹ ਤਾਂ ਗੱਲ ਕਰੀ ਸੀ ਭੈਣ ਜੀ ਵਿਚੋਲੇ ਨੇ ਪੈਸਿਆਂ ਵਾਲੀ, ਤਾਂ ਵੀ ਕੁੜੀ ਵਾਲਿਆਂ ਨੂੰ 5 ਲੱਖ ਰੁਪਈਏ ਦੀ ਲੋੜ ਹੈ, ਵੀ ਉਹ ਤੁਹਾਨੂੰ ਦੇਣੇ ਪੈਣਗੇ, ਉਹ ਅਸੀਂ ਕਹਿਤਾ ਸੀ ਵੀ ਕੋਈ ਗੱਲ ਨਾ ਅਸੀਂ ਦੇ ਦਾਂਗੇ। ਚੱਲ ਉਹ ਤਾਂ ਗੱਲ ਠੀਕ ਹੈ, ਹੁਣ ਤਾਂ ਅਸੀਂ ਭੈਣ ਜੀ ਪੈਸੇ ਪੂਸੇ ਕਾਹਨੂੰ ਮੰਗਦੇ ਸੀ, ਸਿਰ ਕਰਜ਼ਾ ਜਿਹਾ ਵਾਲੇ ਹੀ ਚੜਿਆ ਪਿਆ, ਉਹਨੂੰ ਲਾਉਣਾ ਸੀ, ਦਿਮਾਗ ਜਿਹਾ ਜਿਹਨੂੰ ਸਾਰਾ ਦਿਨ ਖਰਾਬ ਰਹਿੰਦਾ ਸੱਚੀ। ਕੋਈ ਗੱਲ ਨਹੀਂ ਭੈਣ ਜੀ ਦੇ ਦਾਂਗੇ, ਜਦੋਂ ਆਪਣੀ ਰਿਸ਼ਤੇਦਾਰੀ ਪੈਣ ਹੀ ਲੱਗੀ ਹੈ ਗੂੜੀ, ਫਿਰ ਆਪਣਾ ਵੀ ਇੱਕ ਦੂਜੇ ਦੀ ਮਦਦ ਕਰਨ ਦਾ ਫਰਜ਼ ਬਣਦਾ ਹੈ, ਕੋਈ ਗੱਲ ਨਹੀਂ ਕਰਜ਼ਾ ਤੁਹਾਡਾ ਲਹਾ ਦਿਆਂਗੇ। ਠੀਕ ਹੈ ਭੈਣ ਜੀ ਫਿਰ। ਚੱਲ ਭੈਣ ਜੀ ਮੈਨੂੰ ਤਾਂ ਇੰਨੀ ਖੁਸ਼ੀ ਬਹੁਤ ਹੈ, ਮੇਰਾ ਮੁੰਡਾ ਲੰਘ ਮਾਰਦਾ ਸੀ ਉਹਨੂੰ ਕੁੜੀ ਸਹੀ ਸਲਾਮਤ ਮਿਲ ਜੂਗੀ, ਬਾਕੀ ਮੇਰਾ ਮੁੰਡਾ ਭੈਣ ਜੀ 7-8 ਹੀ ਪੜ੍ਹਿਆ, ਤੁਹਾਡੀ ਕੁੜੀ 12 ਪੜ੍ਹੀ ਹੈ,
ਚੱਲ ਤਾਂ ਵੀ ਵਿਚਾਰੀ ਨੇ ਹਾਂ ਕਰਤੀ। ਹਾਂ ਭੈਣ ਜੀ, ਇਸ ਗੱਲੋਂ ਮੇਰੀ ਕੁੜੀ ਬਹੁਤ ਸਿਆਣੀ ਹੈ। ਉਹ ਤਾਂ ਕਹਿੰਦੀ ਫਿਰ ਉਹਦੇ ਕੀ ਸਾਰੇ ਜੇ ਲੰਘ ਮਾਰਦਾ, ਕਹਿੰਦੀ ਬਸ ਮੈਨੂੰ ਪਸੰਦ ਹੈ ਮੁੰਡਾ। ਚੱਲ ਜਿਉਂਦੀ ਵੱਸਦੀ ਰਹੇ ਵਿਚਾਰੀ, ਕਿੱਡੀ ਚੰਗੀ ਸੋਚ ਦੀ ਮਾਲਕ ਹੈ। ਹਾਂ ਭੈਣ ਜੀ, ਤਾਂ ਹੀ ਤਾਂ ਮੈਂ ਕਹਿੰਦੀ ਹਾਂ ਕੋਈ ਮੁੰਡਾ ਕੁੜੀ ਅਮਨੋ ਸਾਹਮਣੇ ਬਿਠਾਉਣਾ ਜ਼ਰੂਰੀ ਨਹੀਂ ਹੈਗਾ, ਜਦੋਂ ਕੁੜੀ ਦੇ ਪਸੰਦ ਹੀ ਹੈ ਮੁੰਡਾ। ਚੱਲ ਉਹ ਤਾਂ ਗੱਲ ਤੁਹਾਡੀ ਠੀਕ ਹੈ ਭੈਣ ਜੀ, ਪਰ ਮੈਂ ਤਾਂ ਐਂ ਕਹਿੰਦੀ ਹਾਂ ਇੱਕ ਵਾਰੀ ਕੁੜੀ ਮੁੰਡੇ ਨੂੰ ਦੇਖ ਲੈ ਤੁਰਦਾ, ਸਾਰੀ ਜ਼ਿੰਦਗੀ ਦੀ ਗੱਲ ਹੈ। ਮੈਂ ਨਾ ਭੈਣ ਜੀ ਕਿਸੇ ਗੱਲ ਨੂੰ ਕੱਚੀ ਜੀ ਨਹੀਂ ਛੱਡਣਾ ਚਾਹੁੰਦੀ, ਵੀ ਕੱਲ੍ਹ ਨੂੰ ਤੈਨੂੰ ਕੁੜੀ ਲਾਂਭਾ ਦੇਵੇ ਵੀ ਮੁੰਡਾ ਵੱਧ ਲੰਘ ਮਾਰਦਾ, ਵੀ ਤੁਸੀਂ ਤਾਂ ਕਿਹਾ ਸੀ ਘੱਟ ਲੰਘ ਮਾਰਦਾ। ਵਿਆਹ ਤੋਂ ਬਾਅਦ ਭੈਣ ਜੀ ਜੇ ਇਹ ਗੱਲਾਂ ਹੋ ਜਾਣ ਨਾ ਫਿਰ ਔਖਾ ਹੋ ਜਾਂਦਾ, ਮੈਂ ਤਾਂ ਤੁਹਾਨੂੰ ਤਾਂ ਕਹਿੰਦੀ ਹਾਂ। ਚੱਲ ਕੋਈ ਨਾ ਕੋਈ ਨਾ, ਆਪਾਂ ਕਰ ਦਿੰਦੇ ਇੱਕ ਦਿਨ ਇਕੱਠੇ ਇਹਨਾਂ ਨੂੰ। ਚੱਲ ਠੀਕ ਹੈ ਭੈਣ ਜੀ, ਜੇ ਇਹਨਾਂ ਦੀ ਸੈਟਿੰਗ ਜੀ ਬਹਿਗੀ ਨਾ ਫਿਰ ਮੈਂ ਵਿਆਹ ਤਾਂ ਛੇਤੀ ਹੀ ਕਰਨਾ ਚਾਹੁੰਦੀ ਹਾਂ ਮੁੰਡੇ ਦਾ, ਅੱਗੇ ਹੀ ਬਹੁਤ ਲੇਟ ਹੋ ਗਏ ਭੈਣ ਜੀ। ਸਾਨੂੰ ਕੋਈ ਚੱਕਰ ਨਹੀਂ ਭੈਣ ਜੀ, ਸਾਡੇ ਕਨੀਓ ਤਾਂ ਜਦ ਮਰਜ਼ੀ ਚੁੰਨੀ ਚੜਾ ਲਿਆਇਓ। ਚੰਗਾ ਭੈਣ ਜੀ ਠੀਕ ਹੈ। ਲੈ ਬੇਬੇ ਮੁੰਡੇ ਕੁੜੀ ਦੀ ਦੇਖ ਦਿਖਾਈ ਤਾਂ ਹੋ ਗਈ, 7 ਤਰੀਕ ਦਾ ਵਿਆਹ ਤਾਂ ਰਹਿ ਗਿਆ, ਲੈ 20 ਕੁ ਦਿਨ ਹੀ ਰਹਿ ਗਏ। ਹਾਂ ਉਹ ਤਾਂ ਧਰਨੇ ਸੀ ਫਿਰ। ਲੈ ਬੇਬੇ ਆਪਣਾ ਤਾਂ ਫਾਇਦਾ ਹੀ ਫਾਇਦਾ ਹੈ, ਇੱਕ ਤਾਂ ਬੇਬੇ ਆਪਣੇ ਕੋਲ 5 ਲੱਖ ਰੁਪਏ ਆਜੂ, ਦੂਜਾ ਆਪਾਂ ਨੂੰ ਦਾਜ ਨਹੀਂ ਦੇਣਾ ਪੈਣਾ। ਵਿਚੋਲੇ ਨੇ ਕਹਿਤਾ ਮੁੰਡੇ ਦੀ ਮਾਂ ਨੂੰ ਵੀ ਜੇ ਤੁਸੀਂ ਵਿਆਹ ਕਾਲੀ ਨਾਲ ਲੈਣਾ ਚਾਹੁੰਦੇ ਹੋ ਤਾਂ ਫਿਰ ਦਾਜ ਦੂਜ ਨਹੀਂ ਐਡੀ ਛੇਤੀ ਦੇ ਸਕਦੇ ਹੋ। ਦਾਜ ਦੇਣਾ ਕਾਹਦਾ, ਦਾਜ ਤਾਂ ਆਪਾਂ ਲੈਣਾ। ਬੇ ਕੇਰਾਂ ਕੁੜੀ ਉਸ ਘਰ 'ਚ ਦਾਖਲ ਹੋ ਜੂ, ਹਾਂ ਉਦੋਂ ਬਾਅਦ ਤਾਂ ਫਿਰ ਮੌਜਾਂ ਹੀ ਮੌਜਾਂ ਨੇ, ਫਿਰ ਆਪਾਂ ਨੂੰ ਕਿਸੇ ਗੱਲ ਦੀ ਘਾਟ ਨਹੀਂ ਰਹਿੰਦੀ। ਸਹੀ ਗੱਲ ਹੈ ਬੇਬੇ, ਫਿਰ ਕੱਢਾਂਗੇ। ਨੋ ਫਸ ਲਈ ਜਾਂਦੀ ਹੈ ਨਾ ਸਬਜ਼ੀ ਕੱਟਦੀਆਂ, ਦਿਨਾਂ ਤੈਨੂੰ ਕੀ ਕਰੀ ਜਾਂਦੀਆਂ? ਦਿਖਾਈ ਤਾਂ ਦਿੰਦਾ, ਮੈਂ ਤਾਂ ਆਈ ਪੁੱਛਿਆ ਵੀ ਨੋ ਫਸ ਲਈ ਜਾਂਦੀ ਹੈ। ਚਾਹ ਪੀਣਾ ਆਇਆ ਤੀ ਮੈਂ ਤਾਂ ਸੁਪਰ ਨਾ, ਤੈਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰੀ ਜਾਂਦੀ ਆ। ਉਹ ਬੇਬੇ ਵਿਹਲੀ ਪਈ ਆ, ਉਹਨੂੰ ਕਹਿ ਦੇ। ਚੱਲ ਕੋਈ ਨਾ ਉਹਨੂੰ ਕਹਿ ਦੇਣਾ। ਬੇਬੇ ਬੇਬੇ। ਹਾਂ ਪੁੱਤਾ। ਬੇਬੇ ਮੈਂ ਤਾਂ ਚਾਹ ਪੀਣਾ ਆਇਆ ਸੀਗਾ। ਬਣਾ ਦਿੰਦੀ ਆ ਪੁੱਤਾ। ਉਹ ਕੀ ਕਰੀ ਜਾਂਦੀ ਬੈਠੀ? ਨੌ ਪਾਲ ਸਲਾਈ ਜਾਂਦੀ ਹੈ, ਕਹਿੰਦੀ ਬੇਬੇ ਨੂੰ ਕਹਿ ਦੇ, ਤੈਨੂੰ ਪਤਾ ਹੀ ਉਹਦਾ ਤਾਂ। ਚੱਲ ਕੋਈ ਨਹੀਂ ਪੁੱਤ ਬਹਿ ਜਾ, ਮੈਂ ਬਣਾ ਲਿਆਉਂਦੀ ਹਾਂ। ਬੇਬੇ ਆ ਗਈ। ਸਤਿ ਸ਼੍ਰੀ ਅਕਾਲ ਬੇਬੇ, ਅੱਖ ਜਾਇਆ ਮਾਂ। ਹੋਰ ਠੀਕ ਆ? ਹਾਂ ਠੀਕ ਹੈ ਬੇਟੇ, ਹੋਰ ਤੂੰ ਸੁਣਾ? ਹਾਂ ਹਾਂ ਹਜੇ ਅੰਦਰ ਹੀ ਬਹਿ ਜਾਂਦੇ ਹਾਂ, ਬਾਹਰ ਤਾਂ ਮੱਖੀਆਂ ਬੜੀ ਤੰਗ ਕਰਦੀਆਂ ਨੇ। ਮੱਖੀਆਂ ਇੱਥੇ ਹੈਗੀ? ਹੋਰ ਹੈਗੀ ਵਾਲੀਆਂ ਨੇ ਬੇਬੇ। ਹੋਰ ਸੁਣਾ ਬੇਬੇ, ਕੀ ਹਾਲ ਚਾਲ ਹੈ? ਠੀਕ ਹੈ ਪੁੱਤ। ਹੋਰ ਬਾਈ ਵਰਗੇ ਠੀਕ ਤਾਂ ਸਾਰੇ? ਸਾਰੇ ਠੀਕ ਨੇ ਬੇਟਾ। ਚੱਲ ਸੁਨੇਹੀ ਚੜ ਗਈ ਤਾਂ ਰਹੇ। ਮੈਂ ਆਖਿਆ ਮੈਂ ਕਿਹਾ ਹੁਣ ਤਾਂ ਪਹਿਲੀ ਵਾਰ ਤਾਂ ਸੁਨੇਹਾ ਸੁਨੇਹਾ ਬੱਸਾਂ ਆ ਜਾਂਦੀਆਂ ਨੇ। ਹਾਂ ਹਾਂ ਬਸ ਫੜਾ ਲੈਂਦੇ ਨੇ ਵਧੀਆ, ਫਿਰ ਤਾਂ ਔਖਾ ਹੋ ਜਾਂਦਾ। ਭੈਣ ਜੀ ਆ ਗਏ। ਹਾਂ ਤੇ ਕੌਣ ਬੋਲੀ ਜਾਂਦਾ? ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਠੀਕ ਹੈ? ਹਾਂ ਠੀਕ ਹੈ। ਹੋਰ ਪਰਿਵਾਰ ਸਾਰਾ ਠੀਕ ਹੈ ਆਪਣਾ? ਸਾਰਾ ਠੀਕ ਹੈ। ਕਿਵੇਂ ਨੇ ਗੋਡੇ? ਕਿੱਥੇ ਠੀਕ ਹੈ? ਵਧੀਆ। ਬਹਿ ਜਾਓ ਇੱਧਰ ਆ ਜਾਓ, ਫਿਰਦੇ ਆ ਬਸ। ਹੋਰ ਸੁਣਾ ਦੇ ਕੋਈ ਨਵੀਂ ਤਾਜੀ। ਠੀਕ ਹੈ ਪੁੱਤ, ਮੈਂ ਤਾਂ ਨਾ ਆਈ ਸੀ, ਜਿਹੜਾ ਆਪਣੇ ਨਾਲ ਕ੍ਰਿਸ਼ਨ ਪੰਡਤ ਦੀਆਂ 2 ਕਨਾਲਾਂ ਜ਼ਮੀਨ ਦੀਆਂ ਸੀ ਉਹਨੇ ਪਲਾਟ ਕੱਟਤੇ। ਅੱਛਾ। ਅਸੀਂ ਇਰਾਦਾ ਜਿਹਾ ਬਣਾ ਲਿਆ ਵੀ ਇੱਕ ਪਲਾਟ ਅਸੀਂ ਵੀ ਲੈ ਲਈਏ। 7 ਮਰਲਿਆਂ ਦਾ ਪਲਾਟ ਹੈ, ਪਾ ਨਾਲ ਪੁੱਤ ਬਣੀ ਜਾਂਦਾ। ਮੈਂ ਆਖਿਆ ਚੱਲ ਮੈਂ ਸੁਖਪਾਲ ਕੋਲੇ ਜਾ ਕੇ ਆਉਂਦੀ ਹਾਂ, ਬਾਕੀ ਪੈਸੇ ਤਾਂ ਅਸੀਂ ਕਰ ਲਾਂਗੇ ਜੇ ਪੁੱਤ ਤੂੰ 1 ਲੱਖ ਰੁਪਈਆ ਕਰਦੇ। ਅੱਛਾ ਬੇਬੇ, ਛੇਤੀ ਨਹੀਂ ਹੋ ਜੂਗਾ?
ਆ 3 ਮਹੀਨੇ ਪਹਿਲਾਂ ਤਾਂ ਮੈਂ 50,000 ਫੜ ਕੇ ਦਿੱਤਾ ਇਹਨਾਂ ਤੋਂ। ਜਦੋਂ ਬਾਈ ਨੇ ਅੰਗਰੇਜ਼ ਨੇ ਮੋਟਰਸਾਈਕਲ ਲਿੱਤਾ ਹੈ, ਹੁਣ ਬੇਬੇ ਇਹ ਚੀਂ ਚੀਂ ਕਰਨਗੇ। ਲੈ ਪੁੱਤ, ਉਹਨਾਂ ਗੱਲਾਂ ਨੂੰ ਤਾਂ 3.5 ਮਹੀਨੇ ਹੋ ਗਏ। ਇਹ ਪਲਾਟ ਤਾਂ ਪੁੱਤ ਕਿਸੇ ਲੋਟ ਛੱਡਣ ਵਾਲੇ ਨਹੀਂ ਹੈਗਾ, ਭਾਅ ਨਾਲ ਬਣਦਾ ਵਧੀਆ, ਨਹੀਂ ਤਾਂ ਕਿਸੇ ਨੂੰ ਹੋਰ ਵੇਚ ਦੂਗਾ। ਅਸੀਂ ਤਾਂ ਪੁੱਤ ਖੜਾਇਆ ਹੋਇਆ ਉਹਨੂੰ, ਜੇ ਤੇਰੇ ਭਾਈ ਕੋਲ ਚੰਗੀ ਜਾਇਦਾਦ ਬਣਦੀ ਹੈ ਤਾਂ ਉਹਦਾ ਰਿਸ਼ਤਾ ਵੀ ਵਧੀਆ ਬਣ ਜੂ, ਕੱਲ੍ਹ ਨੂੰ ਪੁੱਤ ਆਪਾਂ ਨੇ ਵਿਆਹ ਵੀ ਕਰਨਾ ਉਹਦਾ। ਚੱਲ ਕੋਈ ਨਾ ਬੇਬੇ, ਮੈਂ ਕਰੂੰਗੀ ਇਹਦੇ ਨਾਲ ਗੱਲ। ਗੱਲ ਨਹੀਂ ਪੁੱਤ, ਇਹ ਕੰਮ ਤਾਂ ਕਰਨਾ ਹੈ। ਹੋਰ ਪਹਿਲਾਂ ਪੁੱਤ ਮੈਂ ਤੈਨੂੰ ਲੰਗੜੇ ਨਾਲ ਕਿਉਂ ਵੇਹ। ਚੱਲ ਕੋਈ ਨਾ ਬੇਬੇ, ਤੇਰੇ ਗਈ ਮਗਰੋਂ ਗੱਲ ਕਰੂੰਗੀ ਮੈਂ। ਚੱਲ ਬਸ ਠੀਕ ਹੈ ਪੁੱਤ, ਮੈਂ ਸਾਡੇ ਨਾਲ ਇੱਕ ਗੱਲ ਕਰਨੀ ਸੀਗੀ। ਹਾਂ ਸੁਖਾ, ਪਿੰਡ ਨਾ ਇੱਕ ਪਲਾਟ ਵਿਕਾਊ ਹੈਗਾ, ਬੇਬੇ ਹੋਰਾਂ ਦਾ ਇਰਾਦਾ ਵੀ ਲੈ ਲਈਏ, 7 ਮਰਲਿਆਂ ਦਾ ਪਲਾਟ ਹੈ, ਭਾਅ ਨਾਲ ਹੀ ਬਣਦਾ। ਅੱਛਾ ਅੱਛਾ, ਹਾਂ ਬਾਕੀ ਪੈਸੇ ਤਾਂ ਉਹ ਆਪੇ ਕਰ ਲੈਣਗੇ ਇੰਤਜ਼ਾਮ, ਆਪਾਂ ਨੂੰ 1,00,000 ਰੁਪਏ ਦੀ ਮਦਦ ਦੇਣੀ ਪਊ ਉਹਨਾਂ ਨੂੰ। ਆਪਾਂ ਕਿਵੇਂ ਦੇ ਸਕਦੇ ਹਾਂ ਪਹਿਲਾਂ? 3 ਮਹੀਨੇ ਪਹਿਲਾਂ ਤਾਂ ਆਪਾਂ 50,000 ਰੁਪਇਆ ਦੇ ਕੇ ਹਟੇ ਹਾਂ ਉਹਨਾਂ ਨੂੰ, ਉਦੋਂ ਕਹਿੰਦੇ ਕਿ ਅੰਗਰੇਜ਼ ਨੇ ਮੋਟਰਸਾਈਕਲ ਲੈਣਾ ਹੈਗਾ, ਇਦੋਂ ਪਹਿਲਾਂ 6 ਮਹੀਨੇ ਉਦੋਂ 60,000-70,000 ਰੁਪਇਆ ਦੇ ਕੇ ਹਟੇ ਆਪਾਂ, ਐਂ ਹੁਣ ਰੋਜ਼ ਰੋਜ਼ ਪੈਸੇ ਮੈਂ ਕਿੱਥੋਂ ਲੈ ਕੇ ਆਵਾਂ? ਰੋਜ਼ ਰੋਜ਼ ਕਿਹਨੇ ਮੰਗੇ ਤੇਰੇ ਤੋਂ ਪੈਸੇ, ਗੱਲਾਂ ਦੇ ਕਈਆਂ ਜੇ ਕਰਦਾ, ਫਿਰ ਕੀ ਲੋੜ ਆ ਗਿਆ ਜੇ ਮੇਰੇ ਘਰ ਦਿੰਦੇ ਤੋਂ ਮਦਦ ਮੰਗ ਲਈ? ਦੇਖ ਸੁਪਾਲ, ਜਦੋਂ ਦਾ ਆਪਣਾ ਵਿਆਹ ਹੋਇਆ ਆਪਾਂ ਉਹਨਾਂ ਦੀ ਮਦਦ ਹੀ ਕਰਦੇ ਤੁਰੇ ਆਉਂਦੇ ਹਾਂ। ਜਦੋਂ ਵੀ ਤੈਂ ਮੈਨੂੰ ਕਿਹਾ ਵੀ ਮੇਰੇ ਘਰਦਿਆਂ ਨੂੰ ਇੰਨੇ ਪੈਸੇ ਚਾਹੀਦੇ ਨੇ, ਕਦੇ 50 ਚਾਹੀਦੇ, ਕਦੇ 60 ਚਾਹੀਦੇ, ਕਦੇ 40 ਚਾਹੀਦੇ, ਮੈਂ ਕਦੇ ਮੱਥੇ ਵੱਟ ਨਹੀਂ ਪਾਇਆ ਲਿਆ ਕਿ ਤੈਨੂੰ ਪੈਸੇ ਉਹਦੀ ਫੜਾਤੇ। ਪਰ ਮੇਰਾ ਵੀ ਹੁਣ ਬਹੁਤ ਔਖਾ ਹੋਇਆ ਪਿਆ ਯਾਰ, ਮੈਂ ਪਹਿਲਾਂ ਰੋਜ਼ ਰੋਜ਼ ਕਿੱਥੋਂ ਦੇਵਾਂਗਾ ਪੈਸੇ? ਹੈਂ, ਮੇਰੇ ਕੋਲ ਕਿਹੜਾ 25-30 ਕਿੱਲੇ ਜ਼ਮੀਨ ਦੇ ਨੇ ਵੀ ਕੋਈ ਫਰਕ ਨਹੀਂ ਪੈਂਦਾ? ਮੈਂ ਤਾਂ ਆਪ 2,00,000 ਰੁਪਇਆ ਆੜਤੀ ਤੋਂ ਫੜੀ ਬੈਠਾ, 80,000 ਦੀ ਆਪਾਂ ਮੈਸ ਲਿਆ ਕੇ ਹਟਿਆਂਗੇ ਕੱਲ੍ਹ, ਮੈਸ ਮਰ ਗਈ ਪਹਿਲਾਂ 75,000 ਰੁਪਇਆ ਲੱਗਿਆ ਸੀਗਾ, ਹੁਣ ਮੇਰਾ ਵੀ ਔਖਾ ਹੈ, ਤੂੰ ਆਪ ਹੀ ਸੋਚ ਮਾੜਾ ਮੋਟਾ। ਜੇ ਮੈਂ ਲਿਆ ਕੇ ਹਟਿਆ ਤਾਂ ਮੈਂ ਕੀ ਕਰਾਂ? ਮੈਂ ਤਾਂ ਦੁੱਧ ਮੇਰੇ ਘਰ ਆਏ ਤਾਂ ਨਹੀਂ ਪੀ ਕੇ ਜਾਂਦੇ। ਓਏ ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈਗਾ, ਮੈਂ ਤਾਂ ਇਹ ਕਹਿਣਾ ਵੀ ਆਪਾਂ 80,000 ਰੁਪਇਆ ਮੈਸ 'ਤੇ ਲਾ ਕੇ ਹਟੇ ਹਾਂ ਵੀ ਖਰਚੇ ਬਹੁਤ ਹੋ ਗਏ, ਇਹ ਵੀ ਆੜਤੀਆਂ ਤੋਂ ਫੜ ਕੇ ਲਿਆਇਆ ਹੈਗਾ, 70-75 ਦੀ ਮੈਸ ਮਰ ਗਈ ਪਹਿਲਾਂ ਆਪਣੀ, ਮੈਂ ਤਾਂ ਕਹਿੰਦਾ ਵੀ ਹੁਣ 1,00,000 ਰੁਪਏ ਦਾ ਪ੍ਰਬੰਧ ਕਿਵੇਂ ਹੋ ਜੂ ਪਹਿਲਾਂ? ਅੱਛਾ ਅੱਛਾ, ਤੇਰੇ ਕਹਿਣ ਦਾ ਮਤਲਬ ਇਹ ਹੈ ਵੀ ਮੇਰੇ ਘਰਦਿਆਂ ਨੂੰ ਮੈਂ ਜਵਾਬ ਦੇ ਦਾਂ, ਤੂੰ ਮੇਰੀ ਬੇਇੱਜ਼ਤੀ ਕਰਾਉਣੀ ਚਾਹੁੰਦਾ ਮੇਰੇ ਘਰਦਿਆਂ ਸਾਹਮਣੇ? ਉਹ ਨਹੀਂ ਸੁਪਾਲ, ਮੈਂ ਤੇਰੀ ਬੇਇੱਜ਼ਤੀ ਕਾਹਦੀ ਕਰਾਉਣੀ ਹੈ, ਤੂੰ ਮੇਰੀ ਮਜਬੂਰੀ ਤਾਂ ਸਮਝ। ਤੂੰ ਮੇਰੀ ਮਜਬੂਰੀ ਸਮਝ, ਮੈਂ ਆਪਦੇ ਘਰਦਿਆਂ ਨੂੰ 1,00,000 ਰੁਪਏ ਦਾ ਦੇ ਕੇ ਹਟਣਾ, ਜੇ ਮੇਰੇ ਭਰਾ ਦਾ ਪਲਾਟ ਬਣਦਾ ਤੇਰਾ ਕੀ ਕਸਦਾ, ਉਹ 'ਚ ਤੇਰਾ ਕੀ ਹਰਜ ਹੈ? ਓਏ ਮੇਰਾ ਤਾਂ ਕੋਈ ਹਰਜ ਨਹੀਂ, ਮੈਂ ਤਾਂ ਕਹਿੰਦਾ ਤੇਰੇ ਭਾਈ ਕੋਲ 2-2 ਪਲਾਟ ਬਣਨ, ਪੈਸੇ ਦਾ ਚੱਕਰ ਹੈ, ਪਰ ਮੇਰੇ ਕੋਲ ਵਾਧੂ ਪੈਸੇ ਹੁੰਦੇ ਮੈਂ ਤੈਨੂੰ ਕਹਿਣ ਦਾ ਮੌਕਾ ਹੀ ਨਹੀਂ ਦੇਣਾ ਸੀ। ਅੱਛਾ ਅੱਛਾ, ਚੰਗੇ ਤੇਰੇ ਕੋਲ 8 ਕਿੱਲੇ ਜ਼ਮੀਨ ਦੇ ਨੇ, ਹਜੇ ਤੂੰ ਭੁੱਖਾ ਮਰਦਾ ਹੈਂ? ਉਹ ਮੈਂ ਕਦੋਂ ਕਹਿਣਾ ਵੀ ਭੁੱਖਾ ਮਰਦਾ, ਮੈਂ ਤਾਂ ਕਹਿੰਦਾ ਵੀ ਆਪਣੀ ਵੀ ਕਬੀਲਦਾਰੀ ਹੈ, ਆਪਣੇ ਵੀ ਖਰਚੇ ਨੇ, ਪੈਸੇ ਦਾ ਆਉਂਦਾ ਕੀ ਅੱਜ ਕੱਲ੍ਹ? ਤੂੰ ਨਹੀਂ ਦੇਣੇ ਪੈਸੇ, ਕੋਈ ਗੱਲ ਨਹੀਂ ਫਿਰ, ਕੋਈ ਗੱਲ ਨਹੀਂ। ਉਹ ਲੈ, ਗੁੱਸੇ ਹੋਣ ਵਾਲੀ ਕਿਹੜੀ ਗੱਲ ਹੈ ਇੱਥੇ ਸੰਭਾਲ, ਤੂੰ ਮੇਰੀ ਗੱਲ ਤਾਂ ਸੁਣ, ਗੱਲ ਤਾਂ ਸੁਣ ਮੇਰੀ। ਲੈ ਹੁਣ ਫਿਰ 1,00,000 ਰੁਪਇਆ ਮੰਗਦੇ ਨੇ, ਰੋਜ਼ ਰੋਜ਼ ਕਿੱਥੋਂ ਦੇ ਦੀ ਇਹਨਾਂ ਨੂੰ ਪੈਸੇ? ਮਾੜਾ ਮੋਟਾ ਅਕਲ ਤੋਂ ਕੰਮ ਲੈਣਾ ਚਾਹੀਦਾ ਇਹਨੂੰ, ਹੁਣ ਤੱਕ ਆਪਾਂ ਇਹਨਾਂ ਨੂੰ ਕਿੰਨੇ ਪੈਸੇ ਦੇ ਚੁੱਕੇ, ਵਿਆਹ ਵੇਲੇ ਤਾਂ 5,00,000 ਦੇਣਾ ਹੀ ਦੇਣਾ ਸੀ, ਉਦੋਂ ਪਿੱਛੋਂ ਇਹ ਤਾਂ ਬਾਹਲੇ ਪੈਸੇ ਮੰਗ ਕੇ ਆਪਾਂ ਨੂੰ ਤਾਂ ਨਚੋੜਦੇ ਹੀ ਤੁਰੇ ਆਉਂਦੇ ਨੇ। ਮੈਨੂੰ ਲੱਗਦਾ ਆਪਾਂ ਤੋਂ ਇਹ 10,00,000 ਰੁਪਇਆ ਤਾਂ ਘੱਟੋ ਘੱਟ ਲਏ ਗਏ ਹੋਣਗੇ ਹੁਣ ਤੱਕ। ਹਾਂ ਬੇਬੇ, ਹੁਣ ਕੀ ਕਰੀਏ ਫਿਰ, ਜਦੋਂ ਜਿੱਦ ਫੜ ਲੈਂਦੀ ਇਹ ਆਪਾਂ ਨੂੰ ਮੰਨਣੀ ਪੈਂਦੀ ਹੈ। ਲੈ ਗੱਲ ਹੈ ਕੋਈ, ਕਿੰਨਾ ਕੁ ਚਿਰ ਮੰਨੀ ਜਾਵਾਂਗੇ ਆਪਾਂ, ਇਹ ਤਾਂ ਤੇਰੇ ਨਾਲ ਵਿਆਹ ਕਰਾ ਕੇ ਸਾਨ ਜਿਹੀ ਸਮਝਦੀ ਹੈ ਪੁੱਤ। ਲੈ ਮੈਂ ਤਾਂ ਇਹਨੂੰ ਕੀ ਸਮਝਦੀ ਤੀ, ਕੀ ਨਿਕਲੀ, ਇਹ ਤਾਂ ਮਾੜੀ ਮੋਟੀ ਕਦਰ ਵੀ ਨਹੀਂ ਕਰਦੀ ਤੇਰੀ, 2 ਕੁ ਮਹੀਨਿਆਂ ਬਾਅਦ ਹੀ ਸਵਾਲ ਪਾ ਦਿੰਦੀ ਹੈ ਕਦੇ ਕਾਸੇ ਦਾ ਕਦੇ ਕਾਸੇ ਦਾ, ਇੰਨੇ ਲਾਲਚੀ ਬੰਦੇ ਮੈਂ ਨਹੀਂ ਦੇਖਣੇ। ਫਿਰ ਕੀ ਕਰੀਏ ਬੇਬੇ, ਤਾਂ ਹੁਣ ਮੇਰੇ ਨਾਲ ਮੂੰਹ ਜਿਹਾ ਬਣਾਈ ਫਿਰਦੀ ਹੈ। ਇੱਕ ਤਾਂ ਤੂੰ ਵੀ ਜੱਸੇ ਆਪਦੀ ਮਾੜੀ ਮੋਟੀ ਰੱਖਿਆ ਕਰ, ਮਿਣ ਮਿਣ ਕਰਦਾ ਰਹੂ ਉਹਦੇ ਮੂਹਰੇ, ਕਸੂਰ ਤੇਰਾ ਵੀ ਹੈਗਾ, ਜਦੋਂ ਉਹ ਰੁੱਸ ਜੂ ਉਹਦੀਆਂ ਮਿੰਨਤਾਂ ਕਰਦਾ ਰਹੂ। ਕੀ ਕਰਾਂ ਬੇਬੇ, ਮੈਥੋਂ ਬਰਦਾਸ਼ਤ ਨਹੀਂ ਹੁੰਦਾ ਉਹਦਾ ਰੁੱਸਣਾ, ਇੱਕ ਇਹਦਾ ਮੈਨੂੰ ਐਂ ਵੀ ਆਉਂਦਾ
ਵੀ ਇਹਨੇ ਮੇਰੇ ਅਨਪੜ੍ਹ ਹੋਣ ਤੇ ਲੰਗੜੇ ਹੋਣ ਦੇ ਬਾਵਜੂਦ ਵੀ ਮੇਰੇ ਨਾਲ ਵਿਆਹ ਕਰਾ ਲਿਆ। ਪੰਜ ਸੱਤ ਬੰਦਾ ਪੜ੍ਹਿਆ ਅਨਪੜ੍ਹ ਹੀ ਹੁੰਦਾ, ਨਾਲੇ ਇਹ ਤਾਂ ਚੰਗੀ ਭਲੀ ਤੀ ਬੇਬੇ, ਸੋਹਣੀ ਸੁਨੱਖੀ ਤੀ, ਜਿਹੋ ਜਿਹੇ ਮਰਜ਼ੀ ਮੁੰਡੇ ਨਾਲ ਵਿਆਹ ਕਰਾ ਲੈਂਦੀ, ਤਾਂ ਕਰਕੇ ਮੇਰੇ ਦਿਲ 'ਚ ਇਹਦੇ ਪ੍ਰਤੀ ਪਿਆਰ ਅਤੇ ਇੱਜ਼ਤ ਹੈ। ਵੀ ਕਰਾ ਤਾਂ ਸਕਦੀ ਸੀ ਕਿਸੇ ਮੁੰਡੇ ਨਾਲ ਵਿਆਹ, ਉੱਥੇ ਇਹਨੂੰ 8 ਕਿੱਲੇ ਨਹੀਂ ਨਾ ਦਿਸਦੇ ਸੀ, ਇਹਨੂੰ ਤੇਰੇ ਨਾਲ ਨਹੀਂ ਕਰਾਇਆ ਵਿਆਹ, ਇਹਨੇ 8 ਕਿੱਲਿਆਂ ਨਾਲ ਕਰਾਇਆ। ਵੀ ਸਾਰਿਆਂ ਨਾਲ ਵੱਡੀ ਗਲਤੀ ਤਾਂ ਮੈਥੋਂ ਹੋ ਗਈ, ਜੇ ਉਹਦੀ ਵਿਚੋਲੇ ਨੂੰ ਜਵਾਬ ਦੇ ਦਿੰਦੀ, ਜਦੋਂ ਕਹਿੰਦਾ ਸੀ 5 ਲੱਖ ਰੁਪਇਆ ਕੁੜੀ ਵਾਲੇ ਮੰਗਦੇ ਨੇ, ਫਿਰ ਕਾਹਨੂੰ ਰਿਸ਼ਤਾ ਹੁੰਦਾ? ਇਹਨਾਂ ਲਾਲਚੀ ਲੋਕਾਂ ਤਾਂ ਆਪਾਂ ਬਚ ਰਹਿੰਦੇ, ਵੀ ਇਹਨੇ ਤਾਂ ਲਾਲਚ ਕਰਕੇ ਵਿਆਹ ਕਰਾਇਆ ਜੱਸੇ ਤੇਰੇ ਨਾਲ। ਬੇਬੇ ਮੈਂ ਤੇਰੀ ਗੱਲ ਸਮਝਦਾ, ਪਰ ਮੇਰੇ ਦਿਮਾਗ 'ਚ ਤਾਂ ਇੱਕ ਹੀ ਗੱਲ ਚੜੀ ਰਹਿੰਦੀ ਹੈ ਵੀ ਇਹਨੇ ਚੰਗੀ ਭਲੀ ਨੇ ਮੇਰੇ ਲੰਗੜੇ ਨਾਲ ਵਿਆਹ ਕਰਾ ਲਿਆ। ਪਹਿਲਾਂ ਵੀ ਤਾਂ ਕਿੰਨੇ ਰਿਸ਼ਤੇ ਆਏ ਤੀ ਕੁੜੀਆਂ ਦੇ, ਸਾਰੀਆਂ ਜਵਾਬ ਦੇ ਗਈਆਂ ਤੀ, ਉਹਨਾਂ ਨੂੰ ਮੇਰੇ 8 ਕਿੱਲੇ ਦਿਸਦੇ ਨਹੀਂ ਤੀਗੇ। ਚੱਲ ਫਿਰ ਜੇ ਇਹਨੇ ਤੇਰੇ ਨਾਲ ਵਿਆਹ ਕਰਾ ਲਿਆ ਸੀ, ਇਹ ਤੇਰਾ ਖਿਆਲ ਕਿਉਂ ਨਹੀਂ ਰੱਖਦੀ? ਕਦੇ ਪੁੱਛਿਆ ਰੋਟੀ ਪਾਣੀ ਨੂੰ? ਭਾਵੇਂ ਭੁੱਖਾ ਤੇ ਹਾਇਆ ਬੈਠਿਆ ਰਹੇ, ਆਪਦੀ ਮਰਜ਼ੀ ਨਾਲ ਰੋਟੀ ਲਾ ਕੇ ਦੇਊ ਜਦੋਂ ਇਹਨੂੰ ਟਾਈਮ ਲੱਗੂ, ਨਹੀਂ ਘਰ ਵਾਲੀ ਨੂੰ ਫਿਕਰ ਹੁੰਦਾ ਵੀ ਮੇਰਾ ਬੰਦਾ ਭੁੱਖਾ ਬੈਠਿਆ। ਚਲੋ ਕੋਈ ਨਾ ਬੇਬੇ, ਇਹਦਾ ਸੁਭਾਅ ਹੀ ਇਹੋ ਜਿਹਾ। ਚੰਗਾ, ਐਂ ਕਹਿ ਦਿਆ ਕਰ ਬਸ, ਠੀਕ ਹੈ, ਹੁਣ 1 ਲੱਖ ਰੁਪਇਆ ਦੇਵੇਂਗਾ? ਹੁਣ ਐਂ ਦੱਸ, ਮੈਂ ਕਿੱਥੋਂ ਦੇਵਾਂਗਾ ਬੇਬੇ, ਮੈਥੋਂ ਕਿੱਥੇ ਦਿੱਤਾ ਜਾਊਗਾ 1 ਲੱਖ ਰੁਪਇਆ? ਪਹਿਲਾਂ ਫਿਰ ਇਹਨੂੰ ਸਿੱਧਾ ਜਵਾਬ ਦੇ ਦੇ ਵੀ ਭਾਈ ਮੈਂ ਤੁਹਾਨੂੰ ਕਿੱਥੋਂ ਦੇਵਾਂ ਰੋਜ਼ ਰੋਜ਼ ਰੁਪਈਏ। ਕੋਈ ਨਾ ਬੇਬੇ, ਮੈਂ ਕਰਦਾ ਇਹਨੂੰ ਸਮਝਾਉਣ ਦੀ ਕੋਸ਼ਿਸ਼। ਗੁੱਸੇ ਆ ਸੁਪਾਲ? ਸੁਪਾਲ ਬੋਲਦੀ ਨੇ, ਮੈਨੂੰ ਬੁਲਾਉਣ ਦੀ ਕੋਸ਼ਿਸ਼ ਨਾ ਕਰ, ਸਮਝ ਗਿਆ? ਸੁਪਾਲ ਤੂੰ ਮੇਰੀ ਮਜਬੂਰੀ ਸਮਝ, ਦੇਖ ਮੈਂ ਤੈਨੂੰ ਕਦੇ ਪਹਿਲਾਂ ਜਵਾਬ ਦਿੱਤਾ? ਹੁਣ ਬਹੁਤ ਮੁਸ਼ਕਿਲ ਹੈ ਯਾਰ ਪੈਸੇ ਦਾ ਪ੍ਰਬੰਧ ਕਰਨਾ, ਮੈਂ ਤਾਂ ਤੈਨੂੰ ਤਾਂ ਕਹਿੰਦਾ ਸੀ। ਦੇਖ ਤੂੰ ਮੈਨੂੰ ਬੌਲੀ ਨਾ ਬਣਾ, ਜੇ ਤੂੰ ਆੜਤੀਏ 'ਤੇ ਜਾ ਕੇ ਕਹੇ ਵੀ ਮੈਨੂੰ 1 ਲੱਖ ਰੁਪਇਆ ਚਾਹੀਦਾ, ਅੱਛਾ ਤੈਨੂੰ ਜਵਾਬ ਦੇਣਗੇ ਉਹ, ਤੂੰ 8 ਕਿੱਲਿਆਂ ਦਾ ਮਾਲਕ ਹੈ 8 ਦਾ? ਉਹ ਯਾਰ ਆੜਤੀਏ ਤਾਂ ਹੈ ਹੀ ਬੜਬੋਲਾ ਜਾ, ਤੈਨੂੰ ਪਤਾ ਹੀ ਆਉਦਾ, ਪਤਾ ਨਹੀਂ ਕੀ ਬੋਲੂਗਾ ਮੂਹਰੋਂ। ਬਸ ਮੈਂ ਚੁੱਪ ਕਰਕੇ ਤੁਰ ਜਾ ਮੇਰੇ ਕੋਲੋਂ, ਮੇਰੇ ਤੋਂ ਪਤਾ ਨਹੀਂ ਗੁੱਸੇ 'ਚ ਕੀ ਕੁਛ ਨਿਕਲ ਜਾ ਮੂੰਹ 'ਚੋਂ, ਵਗ ਜਾ ਮੇਰੇ ਕੋਲੋਂ। ਐਂ ਨਹੀਂ ਯਾਰ ਕਰੀਦਾ ਹੁੰਦਾ ਸੁਪਾਲ, ਗੱਲ ਨੂੰ ਸਮਝੀਦਾ ਹੁੰਦਾ। ਬਸ ਮੈਂ ਸਮਝੀ ਬੈਠੀ ਹਾਂ ਸਾਰੀ ਗੱਲ, ਤੂੰ ਮੇਰਾ ਕਿੰਨਾ ਕੁ ਕਰਦਾ, ਤੈਨੂੰ ਪਤਾ ਮੇਰੇ ਪੇਕਿਆਂ ਦੇ ਮੇਰੀ ਕਿੰਨੀ ਕੁ ਬੇਇੱਜ਼ਤੀ ਹੋਊਗੀ। ਮੈਂ ਤਾਂ ਤੇਰੀ ਸ਼ਹਿ 'ਤੇ ਬੇਬੇ ਨੂੰ ਹਾਂ ਵੀ ਭਰਤੀ ਤੀ ਵੀ ਚੱਲ ਦੇ ਦਾਂਗੇ। ਤੂੰ ਯਾਰ ਇੱਕ ਵਾਰੀ ਪਹਿਲਾਂ ਮੇਰੇ ਨਾਲ ਤਾਂ ਗੱਲ ਕਰ ਲੈਂਦੀ। ਮੇਰੇ ਮੂਹਰੇ ਬਾਹਲੇ ਡਰਾਮੇ ਜੇ ਕਰਨ ਤਾਂ ਲੋੜ ਨਹੀਂ, ਨਹੀਂ ਪੈਸੇ ਦੇਣੇ ਨਾ ਦੇ, ਖਬਰਦਾਰ ਜੇ ਮੈਨੂੰ ਬੁਲਾਇਆ ਕਦੇ। ਬੇਬੇ ਤੂੰ ਫਿਕਰ ਨਾ ਕਰ, ਪੈਸੇ ਤਾਂ ਇਹਨਾਂ ਨੂੰ ਦੇਣੇ ਪੈਣਗੇ। ਨਹੀਂ ਦੇਣੇ ਤਾਂ ਪੈਣਗੇ, ਕਿਤੇ ਗਾਹਾਂ ਕ੍ਰਿਸ਼ਨ ਪਲਾਟ ਨਾ ਵੇਚ ਦੇ। ਚੱਲ ਰਹਿਣ ਦੇ ਫਿਰ, ਜੇ ਨਹੀਂ ਬਣਦੇ। ਬਣਨਗੇ ਬਣਨਗੇ, ਕਿਉਂ ਨਹੀਂ ਦੇਣਗੇ ਪੈਸੇ ਤਾਂ, ਆਪੇ ਬਣਨਗੇ ਇਹਨਾਂ ਕੋਲ ਪੈਸੇ। ਹੈਲੋ ਹੈਲੋ ਬੇਬੇ, ਲੈ ਫੋਨ ਹੀ ਕੱਟ ਗਈ। ਹੁਣ ਤਾਂ ਗੁੱਸਾ ਛੱਡ ਦੇ ਸੁਪਾਲ। ਬਸ ਹੁਣ ਛੱਡ ਦੂੰਗੀ, ਅੱਜ ਤੋਂ ਬਾਅਦ ਤੇਰੇ ਨਾਲ ਕਦੇ ਗੁੱਸੇ ਨਹੀਂ ਹੁੰਦੀ। ਸੱਚੀ? ਹਾਂ, ਤੂੰ ਮੇਰੀ ਬੇਇੱਜ਼ਤੀ ਕਰਾਉਣ 'ਚ ਕੋਈ ਕਸਰ ਛੱਡੀ ਹੈ? ਹੁਣ ਨਹੀਂ ਮੈਂ ਤੇਰੀ ਪਰਵਾਹ ਕਰਦੀ, ਮੈਂ ਚੱਲੀ ਪੇਕਿਆਂ ਨੂੰ, ਜਿੰਨੀ ਨਿਭਣੀ ਤੇ ਆਪਣੀ ਨਿਭਗੀ। ਇਹ ਕੀ ਗੱਲ ਕਰਦੀ ਸੁਪਾਲ ਤੂੰ, ਐਵੇਂ ਕਮਲੀਆਂ ਨਹੀਂ ਮਾਰਦੇ ਹੁੰਦੇ? ਕੋਈ ਕਮਲੀਆਂ ਨਹੀਂ ਮਾਰਦੀ, ਮੇਰੇ ਜਾਨੀਆਂ ਤਾਂ ਨਹੀਂ ਛੱਡ ਕੇ ਤੈਨੂੰ ਡੀਕਦੀ ਤੀ ਵੀ ਕਦੋਂ ਆਵੇਂ ਤੈਨੂੰ ਦੱਸ ਕੇ ਜਾਵਾਂ ਸਾਰੀ ਗੱਲ। ਮੈਂ ਤਾਂ ਤਲਾਕ ਲੈਣਾ ਤੇਰੇ ਤੋਂ, ਤਲਾਕ ਚਾਹੀਦਾ ਬਸ ਮੈਨੂੰ ਤਾਂ ਹੁਣ। ਕਮਾਲ ਹੋ ਗਈ ਯਾਰ, ਸੁਪਾਲ ਹੈ ਨਹੀਂ ਯਾਰ, ਜਵਾਕਾਂ ਵਾਲੀਆਂ ਗੱਲਾਂ ਨਹੀਂ ਕਰਦੇ ਹੁੰਦੇ। ਦੇਖ ਹੈ ਗੱਲ ਹੈ ਕੋਈ ਇਹ, ਤੂੰ ਬਸ ਮੈਨੂੰ ਬੁਲਾ ਨਾ, ਅੱਜ ਮੈਨੂੰ ਕੋਈ ਰੋਕ ਸਕਦਾ। ਤੂੰ ਮੇਰੀ ਗੱਲ ਤਾਂ ਸੁਣ, ਕਿਤੇ ਨਹੀਂ ਜਾਣਾ ਸੁਪਾਲ, ਤੂੰ ਕਿਤੇ ਨਹੀਂ ਜਾਣਾ, ਤੂੰ ਕਿਉਂ ਜਿੱਦ ਕਰਦੀ ਹੈ? ਤੂੰ ਮੇਰੀ ਮਜਬੂਰੀ ਸਮਝ, ਆਖਿਰ ਮੈਂ ਤੇਰੇ ਘਰ ਵਾਲਾ ਹਾਂ।
ਮੈਂ ਵੀ ਤੇਰੇ ਘਰ ਵਾਲੀ ਆ, ਮੇਰੇ ਤੋਂ ਵੱਧ ਕੇ ਤੈਨੂੰ ਪੈਸਾ ਹੋ ਗਿਆ? ਤੂੰ ਮੇਰੀ ਕੀ ਇੱਜ਼ਤ ਰੱਖੀ? ਬਸ ਮੈਂ ਨਹੀਂ ਤੇਰੇ ਘਰ ਰਹਿਣਾ, ਮੈਂ ਤਲਾਕ ਲੈਣੀ ਲੈਣਾ। ਤੂੰ ਮੇਰੀ ਗੱਲ ਤਾਂ ਸੁਣ। ਚੱਲ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਸੁਪਾਲ, ਮੈਂ ਕਰ ਦਾਂ ਕਿਦੋਂ ਪ੍ਰਬੰਧ 1,00,000 ਰੁਪਏ ਦਾ। ਹੈ ਪੈਸਾ ਤੇਰੇ ਨੂੰ ਵੱਧ ਕੇ ਹੈ ਮੈਨੂੰ ਭਲਾ? ਦੇਖ ਸੁਪਾਲ, ਤੈਥੋਂ ਵੱਧ ਕੇ ਤਾਂ ਮੈਂ ਆਪਦੇ ਆਪ ਨੂੰ ਨਹੀਂ ਕਦੇ ਸਮਝਿਆ। ਕੋਈ ਨਾ, ਮੈਂ 1,00,000 ਰੁਪਏ ਦਾ ਕਰਦਾ ਪ੍ਰਬੰਧ, ਕੱਲ੍ਹ ਤੱਕ ਕਰਦਾ। ਹੈ ਠੀਕ ਹੈ, ਕੋਈ ਨਾ। ਹੈ ਤਰਿਆ ਤਰਿਆ ਬੈਗ ਮਿੱਠੀ, ਤਰਿਆ ਅੰਦਰ ਤਰਿਆ। ਚੰਗਾ ਬੇਬੇ, ਅਸੀਂ ਸੁਖਪਾਲ ਕੇ ਪਿੰਡ ਜਾ ਕੇ ਆਉਂਦੇ ਮਾੜਾ ਜਾ। ਅੱਛਾ ਅੱਛਾ, ਕਰ ਲਿਆ 1,00,000 ਰੁਪਏ ਦਾ ਪ੍ਰਬੰਧ? ਮੈਨੂੰ ਤਾਂ ਕੱਲ ਹੀ ਸ਼ੱਕ ਹੋ ਗਿਆ ਸੀ ਵੀ ਇਹ ਭੱਜਾ ਫਿਰਦਾ ਪੈਸੇ ਦੇਣ ਨੂੰ, ਮੰਨ ਗਿਆ ਇਹ। ਬੇਬੇ ਮੰਨਣਾ ਤਾਂ ਫਿਰ ਪੈਣਾ ਸੀਗਾ, ਸਾਡੇ 'ਚ ਤਾਂ ਫਰਕ ਪੈਂਦਾ ਸੀ ਬਹੁਤ ਵੱਡਾ। ਉਹ ਤਾਂ ਘਰ ਛੱਡ ਕੇ ਜਾਣ ਨੂੰ ਤਿਆਰ ਬੈਠੀ ਸੀ। ਵਗ ਜਾਂਦੀ ਫਿਰ ਇਹੋ ਜਿਹੀ ਤਾਂ ਗਈ ਚੰਗੀ ਹੈ ਜਿਹੜੀ ਤੈਨੂੰ ਭੋਰ ਭੋਰ ਕੇ ਆਪਦੇ ਪੇਕਿਆਂ ਨੂੰ ਖਵਾਈ ਜਾਂਦੀ ਹੈ। ਚੱਲ ਕੋਈ ਗੱਲ ਨਹੀਂ ਬੇਬੇ, ਹੁਣ ਤੂੰ ਬੋਲਣ ਲੱਗ ਜਾ। ਜੇ ਐਤਕੀ ਦੇ ਦਿੰਦੇ ਹਾਂ, ਜੇ ਗਾਹਾਂ ਤੋਂ ਕੁਛ ਕਹਿਣਗੇ ਆਪਾਂ ਜਵਾਬ ਦੇ ਦੇਵਾਂਗੇ ਸਿੱਧਾ। ਉਹ ਤਾਂ ਕਹਿਣਗੇ ਕਹਿਣਗੇ ਇੱਥੇ ਤੂੰ ਆ ਇੱਥੇ ਮੈਂ ਆ, ਦੇਖ ਲਈ ਜਦੋਂ ਮੂੰਹ ਪੈ ਗਿਆ ਉਹਨਾਂ ਦਾ ਤਾਂ ਕਹਿਣਗੇ ਕਹਿਣਗੇ। ਤਾਂ ਇੱਥੋਂ ਜਵਾਬ ਫੇਰ ਨਹੀਂ ਦਿੱਤਾ ਜਾਣਾ ਮੁੰਡਾ, ਦੇਖ ਲਈ ਬਿਸ਼ੱਕਾ। ਚੱਲ ਕੋਈ ਗੱਲ ਨਹੀਂ ਬੇਬੇ, ਗਾਹਾਂ ਦੀ ਗਾਹਾਂ ਦੇਖਾਂਗੇ। ਅਸੀਂ ਕਿਹਾ ਮਾੜਾ ਜਿਹਾ ਮੇਰੇ ਪਿੰਡ ਜਾ ਕੇ ਆਉਂਦੇ ਹਾਂ। ਚੱਲ ਚੰਗਾ। ਆ ਤਾਂ ਪੁੱਤ ਤੁਸੀਂ ਬਾਹਲੀ ਵਧੀਆ ਕਰੀ ਜਿਹੜੀ ਸਾਡੀ ਮਦਦ ਕਰਤੀ। ਅਸੀਂ ਤਾਂ ਕਈ ਦਿਨਾਂ ਦੇ ਕ੍ਰਿਸ਼ਨ ਨੂੰ ਰੋਕੀ ਬੈਠੇ ਆ, ਟਹਿ ਜਾਣਾ ਤਾਂ ਕਿਸੇ ਨੂੰ ਹੋਰ ਵੇਚਦਾ ਸੀ। ਅਸੀਂ ਬੇਬੇ ਪੈਸਿਆਂ ਦਾ ਪ੍ਰਬੰਧ ਕਰਦੇ ਫਿਰਦੇ ਤੇ ਤਾਂ ਹੀ ਰੇਟ ਹੋ ਗਏ ਥੋੜਾ ਜਿਹਾ। ਪਤਾ ਕੀ ਗੱਲ ਹੈ ਬੇਬੇ, ਹੁਣ ਆਇਆ ਸਾਰੇ ਪਾਸੋਂ ਸਰਕਲ ਜੇ ਟਾਈਟ ਹੋਏ ਪਏ ਨੇ, ਜੇ ਕੋਲੇ ਪਏ ਹੁਣ ਫਿਰ ਤਾਂ ਪਰਵਾਹ ਹੀ ਨਹੀਂ ਤੇ ਕੋਈ ਨਾ। ਬਾਈ ਐਂ ਤਾਂ ਪਤਾ ਤੇਰਾ ਸਾਨੂੰ, ਇੰਨੇ ਨਾ ਮੇਰਾ ਪਲਾਟ ਬਣ ਜੂ। ਚੱਲ ਬੇਬੇ ਚਾਹ ਤਾਂ ਬਣਾ ਫਿਰ। ਹਾਂ ਬਣਾਉਣੀ ਆ ਪੁੱਤ। ਚੱਲ ਬੇਬੇ ਆਪਾਂ ਬਣਾਈ ਦੋਨੇ। ਚੱਲ ਪੁੱਤ ਲੋਟ ਨਹੀਂ ਆਉਂਦੀ ਬੇਬੇ, ਮੈਂ ਤਾਂ ਫਿਰ ਧਮਕੀ ਦਿੱਤੀ ਘਰ ਛੱਡ ਕੇ ਜਾਣ ਦੀ ਵੀ ਮੈਂ ਤਾਂ ਤਲਾਕ ਲਾਉਂਗੀ ਤੇਰੇ ਤੋਂ। ਫਿਰ ਸੂਤ ਆਇਆ 1,00,000 ਰੁਪਏ ਦਾ ਪ੍ਰਬੰਧ ਮੈਨੂੰ ਦੂਜੇ ਦਿਨ ਕਰਕੇ ਲਿਆਤਾ, ਨਹੀਂ ਤੂੰ ਮੇਰੇ ਨਾਲ ਗੁੱਸੇ ਹੋ ਜਾਂਦੀ ਬੇਬੇ। ਗੁੱਸਾ ਤਾਂ ਪੁੱਤ ਮੈਨੂੰ ਐਂ ਆਇਆ ਵੀ ਜੱਸਾ 1,00,000 ਰੁਪਏ ਦਾ ਪ੍ਰਬੰਧ ਨਹੀਂ ਕਰ ਸਕਦਾ। ਮੈਂ ਆਖਿਆ ਤੀ ਇਹ ਤੂੰ ਜ਼ੋਰ ਨਹੀਂ ਪਾਉਂਦੀ ਹੋਵੇਗੀ ਉਹਨੂੰ। ਲੈ ਬੇਬੇ ਤੂੰ ਕਮਾਲ ਕਰੀ ਜਾਂਦੀ ਹੈ, ਤੈਨੂੰ ਪਤਾ ਮੈਂ ਕਿੰਨੇ ਦਿਨਾਂ 'ਚ ਜ਼ੋਰ ਪਾਈ ਜਾਂਦੀ ਤੇ ਉਹਨੂੰ। ਮੈਂ ਤਾਂ ਤੁਹਾਡੇ ਕਰਕੇ ਉਹਨੂੰ ਬੁਲਾਉਣੋਂ ਵੀ ਛੱਡਤਾ, ਤੂੰ ਕਿਵੇਂ ਸੋਚ ਲਿਆ ਵੀ ਜ਼ੋਰ ਨਹੀਂ ਪਾਉਂਦੀ ਹੋਣੀ। ਚੱਲ ਕੋਈ ਨਾ ਪੁੱਤ, ਮੈਨੂੰ ਭੁਲੇਖਾ ਲੱਗ ਗਿਆ ਹੋਣਾ ਪੁੱਤ। ਇੱਕ ਤਾਂ ਰੁੜ ਜਾਣਾ ਕ੍ਰਿਸ਼ਨ ਕਾਲ ਕਰੀ ਗਿਆ, ਮੈਨੂੰ ਛੇਤੀ ਦੱਸੋ ਮੇਰੇ ਕੋਲੇ ਗਾਹਕ ਬਾਹਲੇ ਆਈ ਜਾਂਦੇ ਨੇ, ਤਾਂ ਕਰਕੇ ਦਿਮਾਗ ਮੇਰਾ ਘੁੰਮਿਆ ਪਿਆ ਸੀ ਪੁੱਤ। ਚੱਲ ਤੁਸੀਂ ਇਹਦੇ ਕੋਲੇ ਹੁਣ ਛੇਤੀ ਦੇਣੇ ਵਗ ਜਾਓ, ਕਾਗਜ਼ ਪੱਤਰ ਧਿਆਨ ਨਾਲ ਕਰਾ ਲਿਓ, ਸੱਤ ਮਾਰ ਲਈ ਹੈ, ਨਹੀਂ ਕ੍ਰਿਸ਼ਨ ਚਲਾਕ ਵਾਲਾ। ਕੋਈ ਨਾ ਧੀਏ ਤੂੰ ਫਿਕਰ ਨਾ ਕਰ। ਚੱਲ ਚੰਗਾ ਅੰਗਰੇਜ਼ ਜਰਾ ਚੱਲੀਏ ਪੁੱਛਾ ਸੁਖਪਾਲ ਨੂੰ। ਹੋਰ ਕਵੇਲਾ ਨਾ ਕਰੋ ਫਿਰ, ਮੈਂ ਪੁੱਛਦਾ ਭੈਣ ਨੂੰ, ਭੇਜਦਾ ਭੈਣ ਨੂੰ ਤੇਰੇ ਕੋਲ। ਪਤੰਦਰ ਨੇ ਕੇਰਾ ਵੀ ਨਹੀਂ ਰਹਿਣ ਨੂੰ ਕਿਹਾ ਹੈਗਾ, ਫੋਕੀ ਜੀ ਸੋਲਾ ਵੀ ਨਹੀਂ ਮਾਰੀ, ਸਰੀ ਪਏ ਇਹਦੇ ਕਣੀਓ ਵੀ। ਹੁਣ ਦੱਸ ਬੇਬੇ 1,00,000 ਰੁਪਏ ਦਾ ਕਰਨਾ ਕੀ ਹੈ? ਕਰਨਾ ਕੀ ਹੈ, ਜਮ੍ਹਾਂ ਕਰਾਇਆ ਪੁੱਤ, ਹੋਰ ਕੀ ਕਰਨਾ ਆਪਾਂ ਨੇ। ਠੀਕ ਹੈ ਬੇਬੇ, ਭੈਣ ਨੂੰ ਆਪਾਂ ਪਲਾਟ ਵਾਲਾ ਝੂਠ ਬੋਲਿਆ ਤਾਂ ਜਾ ਕੇ ਕਿਤੇ ਪੈਸੇ ਮਿਲੇ ਨੇ। ਝੂਠ ਤਾਂ ਬੋਲਣਾ ਹੀ ਪੈਣਾ ਸੀ ਪੁੱਤ, ਤਾਂ ਹੀ ਫਿਰ ਉਹਨੇ ਅੱਗ ਮਚਾਈ ਪੈਸਿਆਂ ਨੂੰ। ਕੋਈ ਨਾ ਕੋਈ ਤਾਂ ਫਿਰ ਹੁਣ ਆਪਾਂ ਨੂੰ ਬਹਾਨਾ ਲਾਉਣਾ ਹੀ ਪੈਣਾ ਸੀ। ਹਾਂ ਇਹ ਤਾਂ ਗੱਲ ਠੀਕ ਹੈ ਬੇਬੇ ਤੇਰੀ। ਠੀਕ ਹੋ ਭੈਣ ਜੀ? ਠੀਕ ਹਾਂ ਭੈਣ ਜੀ, ਬਸ ਵਾਹਵਾ ਜੀ ਹਾਂ, ਤੁਸੀਂ ਦੱਸੋ ਆਪਦਾ। ਮੈਨੂੰ ਤਾਂ ਅੱਜ ਐਂ ਲੱਗਦਾ ਜੱਸੇ ਵੀ ਆਪਾਂ ਨੂੰ ਕੋਈ ਨਾ ਕੋਈ ਸਵਾਲ ਪਾਉਣਗੇ, 5-6 ਮਹੀਨੇ ਹੋ ਗਏ ਨਾ ਹੁਣ 1,00,000 ਰੁਪਇਆ ਦਿੱਤੇ ਨੂੰ। ਐਂ ਕਿਵੇਂ ਪਾਉਣਗੇ,
ਹੁਣ ਨਹੀਂ ਮੈਂ ਇਹਨਾਂ ਨੂੰ ਕੁਛ ਦਿੰਦਾ ਬੇਬੇ ਨਾ ਮੈਨੂੰ ਪੱਕਾ ਲੱਗਦਾ ਜਮਾਂ ਪਾਉਣਗੇ ਸਵਾਲ ਇਹ ਉਹ ਲੱਖ ਰੁਪਈਆ ਵੀ ਉਦੋਂ ਉਈ ਲੈ ਗਏ ਇਹ ਝੂਠ ਬੋਲ ਕੇ ਕੋਈ ਪਲਾਟ ਪਲੂਟ ਨਹੀਂ ਖਰੀਦਿਆ ਇਹਨਾਂ ਨੇ ਬਸ ਪਲਾਟ ਦਾ ਤਾਂ ਇਹਨਾਂ ਨੇ ਬਹਾਨਾ ਬਣਾਇਆ ਸੀ ਹੁਣ ਫਿਰ ਕੋਈ ਨਾ ਕੋਈ ਬਹਾਨਾ ਘੜ ਕੇ ਆ ਗਏ ਹੋਣਗੇ ਆਈ ਜਾਣ ਫਿਰ ਕੋਈ ਗੱਲ ਨਹੀਂ ਸੁਖਪਾਲ ਪੁੱਤ ਅਸੀਂ ਤਾਂ ਤੇਰੇ ਕੋਲ ਐਂ ਆਏ ਸੀ ਅੰਗਰੇਜ਼ ਦੀ ਨੌਕਰੀ ਬਾਰੇ ਕਿਸੇ ਨਾਲ ਗੱਲ ਚੱਲਦੀ ਹੈ ਸਾਡੀ ਅੰਗਰੇਜ਼ ਦੀ ਨੌਕਰੀ ਬਾਰੇ ਮੈਂ ਸਮਝ ਨਹੀਂ ਬੇਬੇ ਜਿਹੜੇ ਬੰਦੇ ਨਾਲ ਸਾਡੀ ਗੱਲ ਚੱਲਦੀ ਹੈ ਉਸ ਬੰਦੇ ਦੀ ਪਹੁੰਚ ਬਹੁਤ ਹੈ ਦੂਰ ਤੱਕ ਉਹ ਕਹਿੰਦਾ ਮੈਂ ਅੰਗਰੇਜ਼ ਨੂੰ ਕਾਲਜ ਚ ਲਵਾ ਦੂੰਗਾ ਕਾਲਜ ਚ ਨੌਕਰੀ ਬੇਬੇ ਦੱਸ ਤਾਂ ਪੜਿਆ ਬਾਈ ਬਾਈ ਨੂੰ ਪ੍ਰੋਫੈਸਰ ਕੌਣ ਲਾਊ ਪ੍ਰੋਫੈਸਰ ਨਹੀਂ ਭੈਣੇ ਮੈਂ ਤਾਂ ਪੀਣ ਦੀ ਗੱਲ ਕਰਦਾ ਪਾਣੀ ਤਾਂ ਨਹੀਂ ਫੜਾਤਾ ਜਾਂ ਫੈਲਾਂ ਚੱਕ ਕੇ ਫੜਾਤੀਆਂ ਜਾਂ ਟਾਈਮ ਤੇ ਬੈਲ ਵਜਾਤੀ ਅੱਛਾ ਪੁੱਤ ਹਾਂ ਹੋਉ ਤਾਂ ਸਰਕਾਰੀ ਨਾਲੇ ਚਪੜਾਸੀ ਦੀ ਤਨਖਾਹ ਕਿਹੜਾ ਘੱਟ ਹੈ ਹਾਂ ਮਾਂ ਤਨਖਾਹ ਤਾਂ ਬਹੁਤ ਹੁੰਦੀ ਹੈ ਸਰਕਾਰੀ ਨੌਕਰੀ ਵਰਗੀ ਤਾਂ ਰੀਸ ਨਹੀਂ ਹੈਗੀ ਨਾਲੇ ਸੋਨੂੰ ਕਿਹੜਾ ਇਹ ਜਿਹਾ ਬੰਦਾ ਮਿਲ ਗਿਆ ਨੌਕਰੀਆਂ ਤਾਂ ਨਾਲੇ ਅੱਜ ਕੱਲ੍ਹ ਉਈ ਨਹੀਂ ਮਿਲਦੀਆਂ ਪੁੱਤ ਇਹ ਤਾਂ ਦਾ ਲੱਗੇ ਦੀ ਗੱਲ ਹੁੰਦੀ ਹੈ ਐਂ ਤਾਂ ਮੈਨੂੰ ਵੀ ਪਤਾ ਵੀ ਨੌਕਰੀਆਂ ਸਰਕਾਰੀ ਕਿੱਥੇ ਦਰਗਾਂ ਪਈਆਂ ਨੇ ਇਹ ਤਾਂ ਅੰਗਰੇਜ਼ ਆਪਣਾ ਬਾਹਰ ਅੰਦਰ ਬਾਹਰ ਫਿਰਦਾ ਰਹਿੰਦਾ ਇਹਨੂੰ ਕੋਈ ਬੰਦਾ ਟੱਕਰ ਗਿਆ ਉਹਦੇ ਲਿੰਕ ਨੇ ਦੂਰ ਤੱਕ ਉਹ ਕਹਿੰਦਾ ਮੈਂ ਯਾਰ ਤੈਨੂੰ ਨੌਕਰੀ ਲਵਾ ਦਿੰਦਾ ਚੱਲ ਫੇਰ ਤਾਂ ਠੀਕ ਹੈ ਇਹਦੇ ਵਾਸਤੇ ਪੁੱਤ ਹੋਰ ਦਿੱਕਤ ਹੈ ਉਹ ਕਹਿੰਦਾ 5 ਲੱਖ ਰੁਪਈਆ ਦੇਣਾ ਪਊ ਗਾਂ ਅਫਸਰਾਂ ਨੂੰ ਵੀ ਦੇਣਾ ਨਾ ਅੱਛਾ ਇਹ ਤਾਂ ਬੇਬੇ ਮੈਨੂੰ ਠੱਗੀ ਵਾਲਾ ਕੰਮ ਲੱਗਦਾ ਅੱਜ ਕੱਲ੍ਹ ਠੱਗੀਆਂ ਹੀ ਬਹੁਤ ਵੱਜਦੀਆਂ ਨੇ ਲੈ ਜਮਾਂ ਇਹ ਠੱਗੀ ਵਾਲਾ ਕੰਮ ਤੂੰ ਹੀ ਸਮਝਦੇ ਆਪਦੇ ਭਾਈ ਨੂੰ ਪੁਣਿਆ ਸੁਣਿਆ ਬੰਦਾ ਵਾ 1 ਨੰਬਰ ਦਾ ਫੇਰ ਤਾਂ ਠੀਕ ਹੈ ਬਾਈ ਪੁੱਤ ਠੀਕ ਤਾਂ ਹੈਗਾ 3.5 ਲੱਖ ਧਰਤੀ ਇਹ ਅਸੀਂ ਕਰ ਲਾਂਗੇ 1.5 ਲੱਖ ਦੀ ਤਾਂ ਤੈਨੂੰ ਮਦਦ ਜ਼ਰੂਰ ਕਰਨੀ ਪਊ ਮੇਰਾ ਪੁੱਤ ਹੁਣ ਨਹੀਂ ਬੇਬੇ ਇਹਨਾਂ ਨੇ ਤੇਰੀ ਮਦਦ ਕਰਨੀ ਉਦੋਂ ਜੋ 1 ਲੱਖ ਰੁਪਏ ਤੁਸੀਂ ਪਲਾਟ ਦਾ ਕਹਿ ਕੇ ਲੈਦਾ ਪਲਾਟ ਤੁਸੀਂ ਖਰੀਦਿਆ ਨਹੀਂ ਜੈਸੇ ਇਹਨੂੰ ਸਾਰਾ ਪਤਾ ਲੱਗ ਗਿਆ ਪਲਾਟ ਦੀ ਤਾਂ ਕੀ ਗੱਲ ਹੈ ਪੁੱਤ ਪਲਾਟ ਤਾਂ ਅਸੀਂ ਲੈਣੇ ਹੀ ਸੀ ਕ੍ਰਿਸ਼ਨ ਨਾਲ ਰੌਲਾ ਪੈ ਗਿਆ ਜਦੋਂ ਤੁਹਾਡੇ ਤੋਂ 1 ਲੱਖ ਰੁਪਈਆ ਲੈ ਕੇ ਗਏ ਹਾਂ ਜਿੰਨੇ ਦਾ ਪਲਾਟ ਸਾਨੂੰ ਦੱਸਿਆ ਸੀ ਪੁੱਤ ਓਨੇ ਪੈਸਿਆਂ ਦਾ ਪ੍ਰਬੰਧ ਕਰਕੇ ਅਸੀਂ ਲੈ ਗਏ ਉਦੋਂ ਗਾਹਾਂ ਜਾ ਕੇ ਗਾਹਾਂ ਵੱਧ ਗਿਆ ਕਹਿੰਦਾ ਪਲਾਟ ਤਾਂ ਮਹਿੰਗੇ ਹੋ ਗਏ ਮੈਂ ਤਾਂ ਤੁਹਾਨੂੰ ਇੰਨੇ ਦਾ ਦੱਸਿਆ ਰੌਲਾ ਜਿਹਾ ਪੈ ਗਿਆ ਨਾ ਤਾਂ ਹੀ ਨਹੀਂ ਲਿਆ ਪੁੱਤ ਗੱਲ ਤੇਰੀ ਠੀਕ ਹੈ ਬੇਬੇ ਚੱਲ ਜੇ ਨਹੀਂ ਲਿਆ ਗਿਆ ਤੀ ਪਲਾਟ ਮੇਰੀ ਸੱਸ ਕਹਿੰਦੀ ਪੈਸੇ ਤਾਂ ਮੋੜ ਜਾਂਦੇ ਆਪਣੇ ਮੋੜ ਕਿਵੇਂ ਦਿੰਦੇ ਸੁਖਪਾਲ ਸਾਡੇ ਤਾਂ ਕਬੀਲਦਾਰੀ 'ਚ ਪੈਸੇ ਖੁਰਕੇ ਤੂੰ ਵੀ ਹੁਣ ਇਹਨਾਂ ਦੀ ਬੋਲੀ ਬੋਲਣ ਲੱਗ ਗਈ ਹੈ ਨਾ ਨਾ ਬੇਬੇ ਮੈਂ ਨਹੀਂ ਇਹਨਾਂ ਦੀ ਬੋਲੀ ਬੋਲਦੀ ਹੋਰ ਕੀ ਕਰਦੀ ਹੈ ਕੋਈ ਗੱਲ ਨਹੀਂ ਅਸੀਂ ਤਾਂ ਆਪ ਹੀ ਕਰ ਲਾਂਗੇ ਪ੍ਰਬੰਧ ਹੋਰ ਭੈਣੇ ਇਹ ਕੀ ਹੈ ਬੋਲੀ ਤਾਂ ਬੋਲਦੀ ਉਹਨਾਂ ਦੀ ਮੇਰੀ ਗੱਲ ਸੁਣ ਬੇਬੇ ਤੂੰ ਤਾਂ 1 ਮਿੰਟ 'ਚ ਗੁੱਸੇ ਹੋ ਜਾਂਦੀ ਹੈ ਲੈ ਨਾ ਗੁੱਸੇ ਹੋਵਾਂ ਨਾ ਤੂੰ ਮਿੰਟ 'ਚ ਕਣਕ ਜੀ ਦਾਰ ਦਿੰਦੀ ਹੈ ਤੂੰ ਐਂ ਸੋਚ ਵੀ ਮੇਰੇ ਭਾਈ ਦਾ ਵਧੀਆ ਕੁਛ ਬਣ ਜੂ ਵਧੀਆ ਵਿਆਹ ਹੋ ਜੂ ਇਹਦਾ ਸੋਚਦੀ ਕਿਉਂ ਨਹੀਂ ਬੇਬੇ ਸੋਚਦੀ ਤਾਂ ਬਥੇਰਾ ਭਾਈ ਬਾਰੇ 'ਚ ਜੇ ਮੈਂ ਇਹਨਾਂ ਤੋਂ ਪੈਸੇ ਮੰਗੂੰਗੀ ਹੁਣ ਰੌਲਾ ਪਾਉਣਗੇ ਮੇਰੇ ਨਾਲ ਇਹ ਐਂ ਕਹਿਣਗੇ ਬੇਬੇ ਅੱਗੇ ਕਿਹੜਾ ਪੈਸੇ ਲਿਜਾ ਕੇ ਪਲਾਟ ਲੈ ਲਿਆ ਹੁਣ ਨੌਕਰੀ ਦਾ ਬਹਾਨਾ ਲਾ ਕੇ ਆ ਗਏ ਕੋਈ ਬਹਾਨਾ ਨਹੀਂ ਜਦੋਂ ਮੈਂ ਤੈਨੂੰ ਕਹੀ ਦਿੱਤਾ ਇਹ ਤਾਂ ਤੈਨੂੰ ਯਕੀਨ ਦਿਵਾਉਣਾ ਪਊਗਾ ਇਹਨਾਂ ਨੂੰ 3.5 ਲੱਖ ਤਾਂ ਪੁੱਤ ਅਸੀਂ ਕਰ ਲਾਂਗੇ 1.5 ਲੱਖ ਦੀ ਮਦਦ ਤਾਂ ਤੈਨੂੰ ਕਰਨੀ ਪਊ ਜੇ ਤਾਂ ਕਰ ਸਕਦੀ ਹੈ ਕਰਦੇ ਜੇ ਨਹੀਂ ਕਰਦੀ ਤਾਂ ਜਵਾਬ ਦੇ ਦੇ ਸਾਨੂੰ ਲੈ ਬੇਬੇ ਕਈਆਂ ਜਿਹੀਆਂ ਗੱਲਾਂ ਕਰਦੀਆਂ ਤੂੰ ਮਦਦ ਤਾਂ ਮੇਰਾ ਕਰਨ ਨੂੰ ਜੀ ਕਰਦਾ ਹੈ ਮੇਰੇ ਹੱਥ 'ਚ ਕਿਹੜਾ ਹਿਸਾਬ ਕਿਤਾਬ ਹੈ ਵੀ ਤੁਹਾਡੀ ਮਦਦ ਕਰਦਾ ਕਿਵੇਂ ਕਰਾਂ ਮੈਂ ਜੇ ਮੇਰੇ ਕੋਲ ਹੋਵੇ ਹਿਸਾਬ ਕਿਤਾਬ ਮੈਂ ਤਾਂ ਤੁਹਾਨੂੰ 5 ਲੱਖ ਚੱਕ ਕੇ ਫੜਾ ਆਂਦੀ ਮੈਨੂੰ ਮੇਰੇ ਭਾਈ ਦਾ ਫਿਕਰ ਹੈ ਨਹੀਂ ਐਂ ਤਾਂ ਮੈਨੂੰ ਪਤਾ ਹੈ ਭੈਣੇ ਜਿਵੇਂ ਮਰਜ਼ੀ ਕਰੇ ਤੂੰ ਪੈਸੇ ਦਾ ਪ੍ਰਮਾਣ ਤਾਂ ਤੂੰ ਕਰਕੇ ਦੇਂਗੀ ਉਹ ਤਾਂ ਕਰਨਾ ਹੀ ਪਊਗਾ ਪੁੱਤ ਜਦੋਂ ਨੌਕਰੀ ਤੇ ਲਵਾਵਾਂਗੇ ਤੈਨੂੰ ਚੱਲ ਬੇਬੇ ਮੈਂ ਕਰਦੀ ਹਾਂ ਨਾ ਗੱਲ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਫਿਕਰ ਤਾਂ ਸਾਨੂੰ ਕਾਹਦਾ ਹੈ ਪੁੱਤ ਤੇਰੇ ਸਿਰ ਤੇ ਚੱਲ ਅੰਗਰੇਜ਼ ਚੱਲੀਏ ਫਿਰ ਲੈ ਬਹਿ ਜਾਓ ਚੱਲੀਏ ਕਹਿੰਦੇ ਮੈਂ ਰੋਟੀ ਤਿਆਰ ਕਰਦੀ ਹਾਂ ਰੋਟੀ ਖਾ ਕੇ ਜਾਇਓ ਚੱਲ ਐਂ ਕਰ ਫਿਰ ਭੈਣੇ ਬੱਕਰਾ ਬੁੱਕਰਾ ਮੰਗਵਾ ਜੱਸੇ ਤੋਂ ਜਾਂ ਮੁਰਗਾ ਮੰਗਵਾ ਲੈ ਬੱਕਰੇ ਤਾਂ ਰਿੱਝਣ ਦੇ ਟਾਈਮ ਲੱਗੂ ਭੈਣੇ ਚੱਲ ਤੂੰ ਮੁਰਗਾ ਮੰਗਵਾ ਲੈ ਠੀਕ ਹੈ ਬਾਈ ਨਿੰਬੂ ਵਾਲੀ ਭੈਣੇ ਉਹ 'ਚ ਸਵਾਦ ਲੱਗਦਾ ਪਾ ਕੇ ਵਿੱਚ ਮੇਰੀ ਗੱਲ ਸੁਣੋ ਬੇਬੇ ਹੋਰਾਂ ਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਮੈਂ ਅੰਗਰੇਜ਼ ਨੂੰ ਨੌਕਰੀ 'ਤੇ ਲਵਾ ਦੂੰਗਾ
ਕਾਲਜ ਚ ਚਪੜਾਸੀ 5 ਲੱਖ ਰੁਪਇਆ ਦੇਣਾ ਪਊਗਾ ਉਹਨੂੰ। ਬੇਬੇ ਹੋਰ ਕੋਲ 3.5 ਲੱਖ ਤਾਂ ਹੈਗਾ, 1.5 ਲੱਖ ਦੀ ਕਹਿੰਦੀ ਹੋਰ ਲੋੜ ਪਊਗੀ। ਫਿਰ ਕੀ ਉਹ ਕਹਿੰਦੇ 1.5 ਲੱਖ ਦੀ ਸਾਡੀ ਮਦਦ ਕਰ ਦਿਓ। ਮਦਦ ਤਾਂ ਆਪਾਂ ਨੂੰ ਕਰਨੀ ਪਊ ਉਹਨੂੰ 1.5 ਲੱਖ ਦੀ। ਹੁਣ ਮੇਰੀ ਗੱਲ ਸੁਣ ਸੁਪਾਲ, ਮਦਦ ਤਾਂ ਆਪਾਂ ਕਰ ਦਿੰਦੇ, ਹਜੇ 5-7 ਮਹੀਨੇ ਤਾਂ ਹੋਏ ਨੇ ਉਹਨਾਂ ਨੂੰ 1 ਲੱਖ ਰੁਪਇਆ ਦਿੱਤੇ ਇਹਨੂੰ ਪਲਾਟ ਖਰੀਦਣ ਨੂੰ। ਕੋਈ ਪਲਾਟ ਨਹੀਂ ਖਰੀਦਿਆ ਉਹਨਾਂ ਨੇ, ਪਲਾਟ ਦਾ ਤਾਂ ਇੱਕ ਬਹਾਨਾ ਸੀ ਉਹਨਾਂ ਦਾ। ਕੋਈ ਬਹਾਨਾ ਨਹੀਂ ਸੀ, ਜਦੋਂ ਹੁਣ ਪਿੱਛੋਂ ਵਾਲਾ ਰੇਟ ਵੱਧ ਮੰਗਣ ਲੱਗਾ ਪਲਾਟ ਵਾਲਾ, ਅਸੀਂ ਮਰ ਜਾਂਦੇ ਤੂੰ ਤਾਂ। 1 ਮਿੰਟ ਮੇਰੀ ਗੱਲ ਸੁਣ ਸੁਪਾਲ, ਚੱਲ ਜੇ ਉਹਨਾਂ ਤੋਂ ਨਹੀਂ ਪਲਾਟ ਲਿਆ ਗਿਆ ਸੀਗਾ ਫਿਰ ਆਪਾਂ ਨੂੰ ਮੋੜ ਦਿੰਦੇ 1 ਲੱਖ ਰੁਪਇਆ ਉਹ, ਅੱਜ ਭਾਵੇਂ 3 ਲੱਖ ਰੁਪਇਆ ਫੜ ਲੈਂਦੇ, ਆਪਾਂ ਜਮਾਂ ਨਾ ਨਹੀਂ ਕਰਦੇ ਤੀ ਉਹਨਾਂ ਨੂੰ। ਪੈਸੇ ਤਾਂ ਉਹਨਾਂ ਨੇ ਮੋੜਨੇ ਤੇ ਕੀ ਕਰਨ ਵਿਚਾਰੇ, ਕਬੀਲਦਾਰੀ 'ਚ ਖੁਰ ਗਏ। ਤੂੰ ਇਹ ਗੱਲ ਛੱਡ, ਮੇਰੇ ਭਰਾ ਨੂੰ ਨੌਕਰੀ ਮਿਲਦੀ ਹੈ, ਜ਼ਿੰਦਗੀ ਦਾ ਸਵਾਲ ਹੈ ਮੇਰੇ ਭਰਾ ਦਾ, ਤੂੰ ਹਾਂ ਜਾਂ ਨਾ ਕਰ ਇੱਕ ਗੱਲ 'ਚ ਨਿਬੇੜ ਦੇ। ਮੇਰੀ ਗੱਲ ਸੁਣ ਲੈ ਸੁਪਾਲ, ਤੇਰੇ ਭਾਈ ਨੂੰ ਨੌਕਰੀ ਮਿਲਦੀ ਹੈ ਵਧੀਆ ਗੱਲ ਹੈ, ਮੈਂ ਉਹਨਾਂ ਦੀ ਮਦਦ ਕਰਨ ਨੂੰ ਤਿਆਰ ਹਾਂ 1.5 ਲੱਖ ਦੀ, ਪਰ ਤੈਨੂੰ ਇੱਕ ਗੱਲ ਉਹਨਾਂ ਨਾਲ ਕਰਨੀ ਪਊਗੀ। ਪਹਿਲੀ ਗੱਲ ਤਾਂ ਪਰਮਾਤਮਾ ਕਰੇ ਮੈਂ ਕਹਿੰਦਾ ਨੌਕਰੀ ਮਿਲ ਜੇ ਤੇਰੇ ਭਾਈ ਨੂੰ, ਦੂਜੀ ਗੱਲ ਮੰਨ ਲੈ ਕਿਸੇ ਕਾਰਨ ਨਹੀਂ ਨੌਕਰੀ ਮਿਲਦੀ, ਕੋਈ ਅੜਚਣ ਲੱਗ ਜਾਂਦੀ ਹੈ ਕਈ ਵਾਰੀ, ਤਾਂ ਉਹਨਾਂ ਨੂੰ ਐਂ ਕਹਿ ਦੇ ਵੀ ਪੈਸੇ ਸਾਡੇ ਵਾਪਸ ਮੋੜ ਦਿਓ। ਫਿਰ ਪਹਿਲੀ ਕਹਿ ਦੇ ਕਾਲੀ ਜੀਭ ਨਾਲ ਵੀ ਨੌਕਰੀ ਨਾ ਮਿਲੇ। ਮੈਂ ਪਹਿਲਾਂ ਕਿਹਾ ਵੀ ਪਰਮਾਤਮਾ ਕਰੇ ਨੌਕਰੀ ਮਿਲ ਜੇ, ਪਹਿਲਾਂ ਤਾਂ ਮੈਂ ਐਂ ਕਿਹਾ ਤੂੰ ਮਿਲ ਜੇ, ਤੂੰ ਤਾਂ ਕਹਿੰਦਾ ਮੰਨ ਕੇ ਚੱਲ ਜੇ ਕਿਸੇ ਕਾਰਨ ਤੇਰੇ ਭਰਾ ਨੂੰ ਨੌਕਰੀ ਨਾ ਮਿਲੇ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੁਪਾਲ, ਮੈਂ ਕਹਿੰਦਾ ਵੀ ਚਾਹ ਪੈਸੇ ਨਾ ਕਿਸੇ ਅਰਥ ਲੱਗਣ। ਹੋਰ ਬਿਨਾਂ ਅਰਥ ਹੀ ਮੰਗੀ ਜਾਂਦੇ ਨੇ। ਕੋਈ ਗੱਲ ਨਹੀਂ, ਕਹਿ ਦੇ ਮੈਂ ਬੇਬੇ ਨੂੰ ਵੀ ਜੇ ਅੰਗਰੇਜ਼ ਨੌਕਰੀ ਤੇ ਲੱਗ ਗਿਆ ਤਾਂ ਕੋਈ ਗੱਲ ਨਹੀਂ, ਨਹੀਂ 1.5 ਲੱਖ ਵਾਪਸ ਕਰ ਦੋ ਇਹਨਾਂ ਦਾ। ਬਸ ਠੀਕ ਹੈ, ਕੋਈ ਗੱਲ ਨਹੀਂ, ਮੈਂ ਪੈਸਿਆਂ ਦਾ ਪ੍ਰਬੰਧ ਫਿਰ ਕਰ ਦੇਣਾ। ਲੈ ਹੁਣ 1.5 ਲੱਖ ਦੀ ਢੂਹੀ ਹੋਰ ਮਰਵਾ ਲੈ ਉਹਨਾਂ ਤੋਂ। ਬੇਬੇ ਕੀ ਕਰੀਏ ਫਿਰ, ਹੁਣ ਜਦੋਂ ਮਸਲੇ ਭਰਾ ਦਾ ਪਤਾ, ਕਹਿੰਦੇ ਨੌਕਰੀ ਦਵਾਉਣੀ ਅੰਗਰੇਜ਼ ਨੂੰ। ਕਿਹੜੀ ਨੌਕਰੀ ਤੇ ਲੱਗੂ ਉਹ, ਕੋਈ ਨੌਕਰੀਆਂ ਤੇ ਨਹੀਂ ਲੱਗਦਾ, ਉਹੀ ਢੰਗ ਬਣਾਉਂਦੇ ਨੇ। ਨਾ ਬੇਬੇ, ਐਂ ਤਾਂ ਮੈਂ ਸੁਪਾਲ ਨੂੰ ਕਹਿਤਾ ਵੀ ਜੇ ਨੌਕਰੀ ਨਾ ਮਿਲੀ ਤਾਂ ਸਾਡੇ ਪੈਸੇ ਮੋੜਨੇ ਪੈਣਗੇ, ਹਿਸਾਬ ਲਾ ਲਓ। ਇਹ ਕਹਿੰਦੀ ਮੈਂ ਕੋਈ ਨਾ ਕਹਿਦਾ ਨਹੀਂ ਆਪਦੀ ਮਾਂ ਨੂੰ। ਕੁਸੀ ਕਹੀਂ ਜਾਵੇ, ਐਂ ਸਮਝ ਲਈ ਬਸ 1.5 ਲੱਖ ਹੋਰ ਖੂਹ 'ਚ ਸਿੱਟਤਾ ਤੂੰ। ਨਾ ਨਾ ਕੋਈ ਨਾ, ਤੂੰ ਫਿਕਰ ਨਾ ਕਰ, ਕੁਛ ਨਹੀਂ ਹੁੰਦਾ। ਆ ਗਏ? ਹਾਂ ਆ ਲੈ ਸੁਪਾਲ, 1.5 ਲੱਖ ਰੱਖਦੀ ਹੈ ਸਮਝ ਕੇ। ਅੱਜ ਫੜਾਈ ਨਾ ਮੈਂ। ਦੇਖ ਲੈ ਫੜਾਇਆ, ਨਾਲੇ ਉਹ ਗੱਲ ਕਰ ਲਈ ਚੰਗਾ। ਕਰ ਲੂੰਗੀ ਗੱਲ। ਬੇਬੇ ਸੁਖਪਾਲ ਪੈਸੇ ਤਾਂ ਫੜਾ ਗਈ, ਜਿਹੜੀ ਗੱਲ ਕਹਿ ਕੇ ਗਈ ਆ ਉਹਦਾ ਕੀ ਕਰਾਂਗੇ ਆਪਾਂ? ਆਪਾਂ ਤਾਂ ਨੌਕਰੀ ਦਾ ਬਹਾਨਾ ਮਾਰਿਆ ਸੀ ਉਹਨੂੰ, ਉਹ ਕਹਿੰਦੀ ਜੇ ਨਾ ਕੰਮ ਬਣਿਆ ਤਾਂ ਪੈਸੇ ਮੋੜ ਦੇ ਸਾਡੇ। ਬੇ ਕਿਹੜੀਆਂ ਗੱਲਾਂ ਕਰੀਆਂ ਨੇ ਤੂੰ ਅੰਗਰੇਜ਼, ਗੰਗਾ ਗਏ ਫੁੱਲ ਮੁੜੇ ਨੇ ਕਦੇ? ਬੇ ਹੁਣ ਪੈਸੇ ਆਪਾਂ ਕਾਹਦੇ ਮੋੜਨੇ ਨੇ? ਸੋਚ ਰੱਖਿਆ ਮੈਂ ਸਭ, ਬਈ ਬੰਦਾ ਠੱਗੀ ਮਾਰ ਕੇ ਭੱਜ ਗਿਆ, 3.5 ਤਾਂ ਸਾਡਾ ਲੈ ਗਿਆ, 1.5 ਤੇਰਾ ਕਿੱਥੋਂ ਮੋੜੀਏ? ਠੀਕ ਹੈ ਠੀਕ ਹੈ ਬੇਬੇ, ਇਹ ਸਕੀਮ ਤੇਰੀ ਲੋਟ ਹੈ, ਮੰਨ ਗਿਆ ਤੇਰੀ ਸਕੀਮ ਨੂੰ ਮੈਂ। ਚੱਲ ਮੈਂ ਪਾਇਆ ਮੈਂ 2 ਟੋਕਰੇ, ਇਹਨੂੰ ਕਹਿੰਦੇ ਸਿਰਾ। ਮੇਰੀ ਗੱਲ ਸੁਣ ਜੱਸਿਆ, 4 ਮਹੀਨੇ ਹੋ ਗਏ ਹੁਣ ਲੱਗ ਗਿਆ ਤਾਂ ਭਾਈ ਨੌਕਰੀ ਤੇ, ਪਤਾ ਹੀ ਸੀ ਮੈਨੂੰ ਪੈਸੇ ਮੰਗਣ ਦੀ ਸਕੀਮ ਤੀ ਆਪਾਂ ਤਾਂ ਇਹਨਾਂ ਦੀ, ਲੈ ਹੱਦ ਹੋਈ ਪਈ ਹੈ ਇਹਨਾਂ ਦੀ ਤਾਂ, ਐਂ ਸਮਝਦੇ ਨੇ ਜਿਵੇਂ ਕੋਈ 100-200 ਕਿੱਲਾ ਹੁੰਦਾ ਆਪਣੇ ਕੋਲੇ, ਜ਼ਮੀਨ ਨਿਚੋੜ ਲਿਆ ਆਪਾਂ ਤਾਂ ਇਹਨਾਂ ਨੇ। ਲੈ ਲੋਕ ਤਾਂ ਕੁੜੀਆਂ ਨੂੰ ਦਾਜ ਦਿੰਦੇ ਨੇ, ਇਹਨਾਂ ਨੂੰ ਆਪਾਂ ਨੂੰ ਦੇਣਾ ਪੈ ਗਿਆ, ਆਪਾਂ ਤੋਂ ਹੀ ਮੰਗੀ ਜਾਂਦੇ ਨੇ ਰੋਜ਼। 5 ਲੱਖ ਰੁਪਇਆ ਵਿਆਹ ਵੇਲੇ ਲੈ ਲਿਆ, ਉਦੋਂ ਪਿੱਛੋਂ ਫਿਰ 1 ਲੱਖ ਮੰਗ ਲਿਆ, ਫਿਰ 1.5 ਮੰਗ ਲਿਆ, ਫਿਰ ਕਦੇ 75 ਮੰਗ ਲਿਆ, ਕਿਸ਼ਤਾਂ 'ਚ ਹੀ ਮੰਗੀ ਜਾਂਦੇ ਨੇ ਪੈਸੇ। ਲੈ ਆਪਣੇ ਕੋਲ ਕਿੰਨੀ ਕੰਮ ਦੇਣਾ 1.5 ਰੁਪਈਏ ਮੰਗਣ ਨੂੰ, ਰੋਜ਼ ਮੰਗੀ ਜਾਂਦੇ ਨੇ। ਤੂੰ ਮੁੰਡਾ ਚੁੱਪ ਕਰਕੇ ਇਹਨਾਂ ਤੋਂ 1.5 ਲੱਖ ਰੁਪਇਆ ਮੰਗ। ਹਾਂ ਬੇਬੇ, ਮੈਂ ਕਹਿਣਾ ਸੁਪਾਲ ਨੂੰ, ਬਾਕੀ ਆੜਤੀਆਂ ਨਾਲ 5 ਮਹੀਨਿਆਂ ਦਾ ਕਰਾਰ ਕਰਕੇ ਆਇਆ ਸੀ ਮੈਂ, ਅਗਲੇ ਮਹੀਨੇ ਤਾਂ ਪੈਸੇ ਉਹਨਾਂ ਨੂੰ ਮੋੜਨੇ ਪੈਣਗੇ। ਤੇ ਹੋਰ ਕਹਿ ਸੁਖਪਾਲ ਨੂੰ, ਆਪੀ ਕਹੂਗੀ ਉਹਨਾਂ ਨੂੰ। ਹਾਂ ਠੀਕ ਹੈ, ਆਪੀ ਕਹੂ। ਸੁਖਪਾਲ ਕੀ ਕਰਦੀ? ਭਾਂਡੇ ਮਾਂਜ ਕੇ ਹਟੀ ਸੀ। ਆਈ ਮਾੜਾ ਜਿਹਾ,
ਸੁਖਪਾਲ ਮੈਂ ਤਾਂ ਐਂ ਕਹਿੰਦਾ ਸੀ ਹੁਣ ਤੇਰੇ ਸਾਹਮਣੇ 4 ਮਹੀਨੇ ਹੋ ਗਏ ਅੰਗਰੇਜ਼ ਨੂੰ ਨੌਕਰੀ ਤਾਂ ਮਿਲੀ ਨਹੀਂ ਹੈਗੀ ਹੁਣ ਉਹਨਾਂ ਨੂੰ ਕਹਿ ਦਿੰਦੀ ਵੀ ਪੈਸੇ ਮੋੜ ਦਿੰਦੇ ਆਪਣੇ ਮੈਂ ਆੜਤੀ ਨਾਲ 5 ਮਹੀਨੇ ਦਾ ਕਰਾਰ ਕਰਕੇ ਆਇਆ ਸੀ ਉਹਨਾਂ ਨੂੰ ਵੀ ਮੋੜਨੇ ਹੁਣ ਕਾਹਲੇ ਮਹੀਨੇ ਉਹੀ ਗੱਲ ਕਰਦੀ ਸੀ ਮੈਂ ਤੇਰੇ ਨਾਲ ਤੋਰੀ ਤੀ ਮੈਂ ਬੇਬੇ ਕੋਲੇ ਗੱਲ ਅਸਲ ਪਤਾ ਗੱਲ ਕੀ ਹੈ ਜਿਹੜਾ ਭਾਈ ਤੀ ਨੌਕਰੀ ਦਵਾਉਣ ਵਾਲਾ ਉਹ ਪੈਸੇ ਲੈ ਕੇ ਭੱਜ ਗਿਆ ਉਹ ਠੱਗ ਨਿਕਲਿਆ ਕੰਜਰ ਮੈਂ ਨਾਲ ਇਹਨਾਂ ਨੂੰ ਕਿਹਾ ਤੀ ਪਹਿਲਾਂ ਵੀ ਤੁਸੀਂ ਠੱਗੀ ਨਾ ਖਾ ਲਿਓ ਕਿਤੇ ਠੱਗੇ ਜਾਓ ਤੂੰ ਤਾਂ ਪਤਾ ਨਹੀਂ ਸੁਪਾਲ ਕਿਹਾ ਤੀ ਕਿ ਨਾ ਕਿਹਾ ਤੀ ਉਹਨਾਂ ਨੂੰ ਪਰ ਮੈਨੂੰ ਜ਼ਰੂਰ ਪਤਾ ਤੇ ਉਹਨਾਂ ਨੇ ਕੋਈ ਚਾਲ ਖੇਡਣੀ ਹੈ ਮੇਰੇ ਨਾਲ ਕਿਹੜੀ ਚਾਲ ਆਹੀ ਵੀ 1.5 ਲੱਖ ਰੁਪਇਆ ਲੈਣਾ ਤੀ ਉਹਨਾਂ ਨੇ ਕਿਸੇ ਬਹਾਨੇ ਨਾਲ ਬੰਦਾ ਬੰਦਾ ਕੋਈ ਨਹੀਂ ਤੀ ਨਾ ਕੋਈ ਭੱਜਿਆ ਨਾ ਹੈਗਾ ਤੀਗਾ ਇਹ ਤਾਂ ਇੱਕ ਬਹਾਨਾ ਤੀ ਬਸ 1.5 ਲੱਖ ਰੁਪਇਆ ਲੈਣ ਦਾ ਬੜਾ ਬਕਵਾਸ ਜਾਣਾ ਕਰ ਮੇਰੇ ਸਾਹਮਣੇ ਨਾ ਤੂੰ ਕੀ ਸਮਝਦਾ ਵੀ ਉਹਨੇ ਮੈਨੂੰ ਵੀ ਝੂਠ ਮਾਰਿਆ ਹਾਂ ਤੈਨੂੰ ਵੀ ਝੂਠ ਮਾਰਿਆ ਇਹਨਾਂ ਨੇ ਝੂਠ ਮਾਰਦੇ ਆਏ ਨੇ ਹੁਣ ਤੱਕ ਕਿਸੇ ਠੱਗ ਨੇ ਠੱਗੀ ਨਹੀਂ ਮਾਰੀ ਇਹਨਾਂ ਨਾਲ ਠੱਗੀ ਤਾਂ ਆਪਣੇ ਨਾਲ ਮਾਰੀ ਹੈ ਇਹਨਾਂ ਨੇ ਅਸਲ ਠੱਗ ਤਾਂ ਇਹ ਨੇ ਨਾ ਮੇਰੀ ਬੇਬੇ ਤੇ ਭਰਾ ਨੂੰ ਠੱਗ ਕੇ ਹੱਟਾ ਉਹ ਵੀ ਮੇਰੇ ਮੂੰਹ ਤੇ ਤੇਰੀ ਹਿੰਮਤ ਕਿਵੇਂ ਹੋਈ ਹੈ ਕਹਿਣ ਦੀ ਤਲਾਕ ਹੁਣ ਪੱਕਾ ਹੋਊਗਾ ਹੁਣ ਨਹੀਂ ਹੜਦੀ ਮੈਂ ਤੂੰ ਮੇਰੀ ਕਦੇ ਨਹੀਂ ਕਰਾਈ ਸੁਪਾਲ ਨਾ ਹੀ ਮੇਰੇ ਬਾਰੇ ਸੋਚਿਆ ਕਦੇ ਤੂੰ ਮਾੜਾ ਮੋਟਾ ਤਾਂ ਮੇਰੇ ਤੇ ਤਰਸ ਕਰ ਲੈਂਦੀ ਵੀ ਘਰ ਵਾਲਾ ਕਿਵੇਂ ਕਮਾਈ ਕਰਦਾ ਹੈ ਤਰਸ ਕੀ ਸਵਾਹ ਕਰ ਲਾਂ ਤੂੰ ਮੇਰੇ ਬੇਬੇ ਤੇ ਭਰਾ ਬਾਰੇ ਇੰਨਾ ਗਲਤ ਬੋਲਿਆ ਹੁਣ ਮੈਂ ਚੱਲੀ ਆ ਇਸ ਘਰੋਂ ਹੁਣ ਤਾਂ ਮੈਨੂੰ ਮੇਰ ਕੀ ਸਾਂਭੂ ਤਲਾਕ ਲੈ ਕੇ ਛੱਡੂ ਚੱਲ ਕੋਈ ਗੱਲ ਨਹੀਂ ਸੁਪਾਲ ਲੈ ਲੈ ਤਲਾਕ ਜੇ ਤੇਰਾ ਪਹਿਲਾਂ ਤੋਂ ਹੀ ਮਨ ਬਣਿਆ ਹੋਇਆ ਹਰੇਕ ਵਾਰੀ ਇਹੀ ਧਮਕੀ ਦਿੰਦੀ ਆ ਤੂੰ ਤਲਾਕ ਲੈ ਲੂ ਮੈਂ ਤਾਂ ਪਹਿਲੇ ਨਹੀਂ ਵਿਆਹ ਕਰਾਉਣਾ ਚਾਹੁੰਦੀ ਤੇਰੇ ਵਰਗੇ ਲੰਗੜੇ ਨਾਲ ਇਹ ਤਾਂ ਸਾਡੇ ਘਰ ਦੀ ਗਰੀਬੀ ਮਾਰ ਗਈ ਤਾਂ ਕਰਾਉਣਾ ਪੈ ਗਿਆ ਤੇਰੇ ਨਾਲ ਵਿਆਹ ਤੂੰ ਮੇਰੇ ਵਰਗੇ ਲੰਗੜੇ ਨਾਲ ਵਿਆਹ ਕਰਾਉਣਾ ਨਹੀਂ ਚਾਹੁੰਦੀ ਤੇ ਇਹਦਾ ਮਤਲਬ ਹੈ ਤੂੰ ਗਰੀਬੀ ਕਰਕੇ ਕਰਾਇਆ ਹਾਂ ਹੋਰ ਦੱਸ ਮੇਰੇ 'ਚ ਕਿਹੜੀ ਕਮੀ ਸੀ ਮੈਂ ਤੇਰੇ ਵਰਗੇ ਲੰਗੜੇ ਨਾਲ ਵਿਆਹ ਕਰਾਉਂਦੀ ਅੱਛਾ ਸੁਪਾਲ ਤੂੰ ਤਾਂ ਮੇਰੀਆਂ ਅੱਜ ਅੱਖਾਂ ਖੋਲਤੀਆਂ ਚੱਲ ਕੋਈ ਨਾ ਜਾ ਸਕਦੀ ਹੈ ਤੂੰ ਮੈਥੋਂ ਤਲਾਕ ਲੈ ਸਕਦੀ ਹੈ ਬਹਿ ਜਾ ਪੁੱਤਾਂ ਕੀ ਹੋ ਗਿਆ ਪੁੱਤਾਂ ਕੋਈ ਨਹੀਂ ਉਹਦੀਆਂ ਗੱਲਾਂ ਦਿਲ ਤੇ ਨਾ ਲਾਈ ਪੁੱਤਾਂ ਬੇਬੇ ਜਿਹੜਾ ਤੂੰ ਕਹਿੰਦੀ ਤੀ ਉਹੀ ਕਹਿਤਾ ਇਹਨੇ ਅੱਜ ਵੀ ਇਹਨੇ ਮੇਰੇ ਨਾਲ ਵਿਆਹ ਨਹੀਂ ਕਰਾਇਆ ਇਹਨੇ ਤਾਂ 8 ਕਿੱਲਿਆਂ ਨਾਲ ਵਿਆਹ ਕਰਾਇਆ ਮੈਂ ਤਾਂ ਭੁੱਲ ਹੀ ਗਿਆ ਸੀ ਵੀ ਮੈਂ ਲੰਗੜਾ ਅੱਜ ਸੁਪਾਲ ਨੇ ਮੈਨੂੰ ਦੁਬਾਰਾ ਅਹਿਸਾਸ ਕਰਾਤਾ ਵੀ ਮੈਂ ਲੰਗੜਾ ਲੰਗੜੇ ਨੂੰ ਕੋਈ ਪਸੰਦ ਨਹੀਂ ਕਰਦਾ ਹੁੰਦਾ ਬਸ ਪੁੱਤਰ ਉਹ ਨਾ ਪਸੰਦ ਕਿਹੜਾ ਕਰਨਾ ਸੀ ਲੁੱਟ ਖੋ ਕੇ ਲੈ ਗਈ ਸਾਰਾ ਅੱਛਾ ਸਾਨੂੰ ਠੱਗ ਦੱਸਦਾ ਕੰਜਰ ਕਿਸੇ ਥਾਂ ਦਾ ਮੈਂ ਨਹੀਂ ਬੇਬੇ ਇੱਥੇ ਜਾਣਾ ਹੁਣ ਮੈਂ ਤਾਂ ਤਲਾਕ ਲਊਂਗੀ ਬਸ ਚੱਲ ਕੋਈ ਨਾ ਪੁੱਤ ਦੇਖਦੇ ਹਾਂ ਬੇਜੱਸਿਆ ਕਿਉਂ ਬੁਰੀ ਹਾਲਤ ਕਰੀ ਆ ਪੁੱਤ ਜਿੱਦਣ ਦੀ ਸੁਖਪਾਲ ਗਈ ਹੈ ਦਿਨ ਰਾਤ ਦਾਰੂ 'ਚ ਡੁੱਬਿਆ ਰਹਿਣਾ ਪੁੱਤ ਆਪਦੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਲੈ ਪੁੱਤ ਮਾੜੀ ਮੋਟੀ ਇੱਕ ਤਾਂ ਪਹਿਲਾਂ ਲਾਂਗੜੀ ਲੱਤ ਨਾਲ ਤੁਰਿਆ ਫਿਰਦਾ ਸੀ ਉੱਤੋਂ ਆਹ ਧੱਕਾ ਮਾਰਤਾ ਰੱਬ ਨੇ ਤੂੰ ਹੀ ਦੱਸ ਦੇ ਬੇਬੇ ਕਿਵੇਂ ਸੰਭਲਾਂ
ਜੇ ਪੁੱਤ ਸਾਡੇ ਨਾਲ 5 ਲੱਖ ਦੀ ਠੱਗੀ ਨਾ ਵੱਜੀ ਹੁੰਦੀ, ਅਸੀਂ ਤਾਂ 1.5 ਲੱਖ ਉਹਦੀ ਮਾਰਦੇ ਮੱਥੇ ਅਗਲੇ ਦੇ। ਤਾਂ ਹੀ ਤਾਂ ਬੇਬੇ ਮੈਨੂੰ ਗੁੱਸਾ ਆ ਗਿਆ, ਨਾਲੇ ਮੈਂ ਉਹਨਾਂ ਨੂੰ ਦੱਸੀ ਜਾਂਦੀ ਹਾਂ ਵੀ ਬੇਬੇ ਨਾਲ ਤੜਕੀ ਮੇਰੀ ਗੱਲ ਹੋਈ ਹੈ, ਉਹਨਾਂ ਨਾਲ ਠੱਗੀ ਵੱਜ ਗਈ, ਫਿਰ ਵੀ ਨਹੀਂ ਮੰਨਦੇ। ਉਹ ਤਾਂ ਮੂਹਰੋਂ ਹੋਰ ਹੀ ਗੱਲਾਂ ਕਰਨ ਲੱਗ ਗਿਆ। ਨਾਲੇ ਬੇਬੇ ਮੈਂ ਤੁਹਾਨੂੰ ਕਿੰਨਾ ਕਿਹਾ ਤੀ ਵੀ ਕੋਈ ਠੱਗੀ ਵਾਲਾ ਬੰਦਾ ਨਾ ਹੋਵੇ, ਉਹ ਬੰਦੇ ਤੇ ਹੁਣ FIR ਕਰਵਾ ਤੀ। FIR ਕਾਹਤੇ ਕਰਾਉਂਦੇ ਪੁੱਤ, ਉਹਦਾ ਕਿਹੜਾ ਬੰਦੇ ਦਾ ਥਾਂ ਟਿਕਾਣਾ ਕੋਈ? ਲੈ ਦੱਸ, ਜਦੋਂ ਉਹ ਬੰਦੇ ਦਾ ਭਲਾ ਕੋਈ ਥਾਂ ਟਿਕਾਣੀ ਨਹੀਂ ਹੈਗਾ, ਤੁਸੀਂ ਵਿਸ਼ਵਾਸ ਕਿਉਂ ਕਰਿਆ ਤੇ ਫਿਰ? ਉਹ ਤਾਂ ਪੁੱਤ ਕਿਸੇ ਦੇ ਕਿਰਾਏ ਤੇ ਰਹਿੰਦਾ ਸੀ, ਸਾਨੂੰ ਕਿਹੜਾ ਪਤਾ ਸੀ ਵੀ ਘਰ ਇਹਦਾ ਹੈ ਕਿ ਕਿਰਾਏ ਤੇ ਬੈਠਾ। ਉਹ ਤਾਂ ਸਾਡੇ ਨਾਲ ਠੱਗੀ ਮਾਰ ਕੇ ਰਾਤੇ ਰਾਤ ਸਮਾਨ ਚੱਕ ਕੇ ਲੈ ਗਿਆ। ਜਦੋਂ ਪੁੱਤ ਅਸੀਂ ਮਕਾਨ ਮਾਲਕ ਨੂੰ ਪੁੱਛਿਆ, ਉਹ ਕਹਿੰਦਾ ਮੈਨੂੰ ਕੀ ਪਤਾ ਕਿੱਧਰ ਵੱਗ ਗਿਆ, ਮੇਰਾ ਤਾਂ ਕਿਰਾਇਆ ਵੀ ਨਹੀਂ ਦੇ ਕੇ ਗਿਆ। ਲੈ ਦੱਸ, ਇਹੀ ਜਿਹਾ ਮਕਾਨ ਮਾਲਕ ਤੀ, ਉਹਨੇ ਪੁੱਛ ਪੜਤਾਲ ਤਾਂ ਕਰਨੀ ਤੀ ਵੀ ਮਕਾਨ ਕਿਰਾਏ ਤੇ ਦਿੰਨਾ ਮੈਂ, ਕਹੀ ਜਾ ਬੰਦਾ ਹੈਗਾ ਇਹ, ਕਹੀ ਜਾ ਨਾ, ਅਸੀਂ ਬਿਠਾ ਲਿਆ ਕਿਰਾਏ ਤੇ ਮੂੰਹ ਚੱਕ ਕੇ। ਉਹੀ ਤਾਂ ਗੱਲ ਹੈ ਪੁੱਤ, ਉਹਨੂੰ ਵੀ ਝੂਠ ਤਪਾਨ ਮਾਰ ਕੇ ਕਿਰਾਏ ਤੇ ਲੈ ਲਿਆ ਮਕਾਨ। ਚਲੋ ਲੈ, ਮੈਨੂੰ ਤਾਂ ਪੁੱਤ ਜੱਸੇ ਦੀ ਆਉਂਦੀ ਹੈ, ਜਿਵੇਂ 8 ਕਿੱਲੇ ਵਾਹਣ ਦੇ ਨੇ, ਦਿਲ ਜਮੀ ਛੋਟਾ ਹੈ ਉਹਦਾ। ਉਹ ਤਾਂ ਹੋਰ ਦੀਆਂ ਹੋਰ ਹੀ ਗੱਲਾਂ ਕਰਨ ਲੱਗ ਗਿਆ, ਮੇਰਾ ਤਾਂ ਫਿਰ ਪਾਰਾ ਚੜ ਗਿਆ। ਫਿਰ ਮੈਂ ਕਹਿਤਾ ਵੀ ਮੈਂ ਤਾਂ ਤੇਰੇ ਵਰਗੇ ਲਾਂਗੜੇ ਨਾਲ ਉਹੀ ਨਹੀਂ ਵਿਆਹ ਕਰਵਾਉਂਦੀ ਤੀ। ਅੱਛਾ, ਤੂੰ ਕਹਿਤਾ ਫਿਰ? ਹੋਰ ਫਿਰ ਕਿਹਾ ਗਿਆ ਮੈਂ ਤਾਂ। ਰੋਟੀ ਬਣੀ ਪਈ ਆ ਬੇਬੇ? ਹਾਂ ਬਾਈ ਬਣੀ ਪਈ ਆ, ਰਹਿਉਣੀ ਆ ਮੈਂ, ਬਹਿ ਜਾ ਤੂੰ। ਬੇਬੇ 2 ਮਹੀਨੇ ਹੋ ਗਏ ਸੁਖਪਾਲ ਨੂੰ ਆਪਾਂ ਤੋਰੀਏ, ਇਹ ਤਾਂ ਡੇਰਾ ਲਾ ਕੇ ਬਹਿ ਗਈ ਉਰੇ। ਆਪਣਾ ਤਾਂ ਵਧੀਆ ਠੱਕ ਠੱਕਾ ਚੱਲੀ ਜਾਂਦਾ ਸੀ ਬੇਬੇ, ਜਿਹਦਾ ਤਲਾਕ ਹੋ ਗਿਆ ਆਪਣਾ ਤਾਂ ਬੰਦ ਹੋ ਜਾਓ। ਬੇ ਹੋਰ ਅੰਗਰੇਜ਼, ਮੈਂ ਤਾਂ ਆਪ ਇਹੀ ਸੋਚਦੀ ਸੀ ਬੇ, ਜਦੋਂ ਆਪਣਾ ਜੀ ਕਰਦਾ ਸੀ ਸੁਖਪਾਲ ਨੂੰ ਝੂਠ ਤਪਾਨ ਬੋਲ ਕੇ ਉਹਦੀ ਪੈਸੇ ਮੰਗ ਲਿਆਉਂਦੇ ਸੀ। ਹੋਰ ਬੇਬੇ, ਕਦੇ ਪਲਾਟ ਦੇ ਬਹਾਨੇ ਨਾਲ, ਕਦੇ ਨੌਕਰੀ ਦੇ ਬਹਾਨੇ ਨਾਲ, ਆਪਾਂ ਤਾਂ ਉਹਦੀ ਕਹਿੰਦੇ ਸੁਖਪਾਲ ਨੂੰ ਪੈਸਿਆਂ ਨੂੰ, ਆਪਣਾ ਤਾਂ ਵਧੀਆ ਸਰੀ ਜਾਂਦਾ ਸੀ ਬੇਬੇ। ਬੇ ਮੈਨੂੰ ਤਾਂ ਇਹਦੀ ਨਹੀਂ ਸਮਝ ਆਉਂਦੀ ਬੇਸੂਰੀ ਦੀ, ਕਹਿੰਦੀ ਮੈਂ ਤਾਂ ਤਲਾਕ ਲੈਣਾ, ਕਹਿੰਦੀ ਮੇਰੇ ਭਾਈ ਨੂੰ ਤੇ ਮੇਰੀ ਮਾਂ ਨੂੰ ਗਲਤ ਬੋਲਿਆ। ਬੇ ਇਹਨੂੰ ਐਂ ਨਹੀਂ ਪਤਾ ਬੇ ਲੈ ਕਿਨੂੰ ਵੀ ਜੇ ਮੈਂ ਤਲਾਕ ਲੈ ਲਿਆ ਵੀ ਮੇਰੀ ਮਾਂ ਦੀ ਤੇ ਮੇਰੇ ਭਾਈ ਦੀ ਤਾਂ ਠੱਗੀ ਬੰਦ ਹੋਜੂ। ਉਹੀ ਤਾਂ ਗੱਲ ਹੈ ਬੇਬੇ, ਕਿਸ ਹਿਸਾਬ ਨਾਲ ਇਹਨੂੰ ਤੋਰੀ ਆਪਾਂ? ਬੇ ਹਾਂ ਪੁੱਤ, ਤੋਰਨਾ ਹੀ ਪਊਗਾ ਹੁਣ ਤਾਂ। ਬੂ ਮੈਂ ਮਰ ਜਾ, ਮੈਂ ਇੰਨਾ ਪਿੱਛੇ ਘਰ ਪੱਟ ਲਿਆ ਆਪਦਾ, ਇਹ ਮੇਰੇ ਤੋਂ ਝੂਠ ਬੋਲ ਬੋਲ ਕੇ ਪੈਸੇ ਮੰਗਾਈ ਗਏ। ਹਾਏ ਹਾਏ, ਤੂੰ ਸੁਖਪਾਲ? ਹਾਂ ਜੱਸੇ, ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ, ਤੂੰ ਮੈਨੂੰ ਸੱਚ ਕਹਿੰਦਾ ਤੀ, ਅਸਲੀ ਠੱਗ ਤਾਂ ਮੇਰੇ ਘਰ ਵਾਲੇ ਨਿਕਲੇ ਜਿਹੜੇ ਝੂਠ ਬੋਲ ਬੋਲ ਕੇ ਆਪਣੇ ਤੋਂ ਪੈਸੇ ਮੰਗਦੇ ਰਹੇ। ਬੇਬੇ ਹੁਣ ਮੈਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ, ਮੈਂ ਆਪਦੀ ਲਾਲਚੀ ਮਾਂ ਤੇ ਭਾਈ ਨੂੰ ਜੱਸੇ ਦੀ ਮਿਹਨਤ ਦੀ ਕਮਾਈ ਲਟਾਉਂਦੀ ਰਹੀ। ਬੇਬੇ ਮੈਂ ਕਦੇ ਜ਼ਿੰਦਗੀ 'ਚ ਇਹੋ ਜਿਹੀ ਗਲਤੀ ਨਹੀਂ ਕਰਦੀ, ਮੈਨੂੰ ਮਾਫ ਕਰ ਦੇ। ਸ਼ੁਕਰ ਹੈ ਪੁੱਤ ਵਾਹਿਗੁਰੂ ਦਾ, ਤੈਨੂੰ ਸਮੱਤ ਬਖਸ਼ਤੀ, ਆ ਜਾ ਪੁੱਤ ਬੈਗ ਧਰ ਦੇ ਅੰਦਰ। ਰੁਕ ਜਾ ਬੇਬੇ, ਸੁਖਪਾਲ ਹੁਣ ਇਸ ਘਰ 'ਚ ਮੇਰੇ ਘਰ ਵਾਲੀ ਦੇ ਰੂਪ 'ਚ ਨਹੀਂ ਰਹਿ ਸਕਦੀ। ਕੀ ਮਤਲਬ ਪੁੱਤ, ਮੈਂ ਸਮਝ ਹੀ ਨਹੀਂ। ਠੀਕ ਹੈ ਬੇਬੇ, ਵੀ ਇਹਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ ਵੀ ਇਹਦੇ ਘਰ ਵਾਲੇ ਇਹਨੂੰ ਗੁੰਮਰਾਹ ਕਰਕੇ ਪੈਸੇ ਮੰਗਦੇ ਸੀ, ਹੁਣ ਇਹ ਮੈਨੂੰ ਵੀ ਪਤਾ ਵੀ ਗਲਤੀ ਇਹ ਕਦੇ ਨਹੀਂ ਕਰਦੀ, ਪਰ ਹੁਣ ਟਾਈਮ ਲੰਘ ਚੁੱਕਿਆ, ਹੁਣ ਟਾਈਮ ਲੰਘ ਗਿਆ, ਉਹ ਹੁਣ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ। ਹੈ, ਟਾਈਮ ਲੰਘ ਗਿਆ? ਕਿਹੜੀ ਗੱਲੋਂ ਟਾਈਮ ਲੰਘ ਗਿਆ ਜੱਸੇ? ਤੂੰ ਮੈਨੂੰ ਇੱਕ ਗੱਲ ਕਹੀ ਤੀ ਸੁਖਪਾਲ, ਵੀ ਤੂੰ ਮੇਰੇ ਵਰਗੇ ਲਾਂਗੜੇ ਨਾਲ ਕਦੇ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ, ਵੀ ਘਰ ਦੀ ਗਰੀਬੀ ਦੇ ਕਾਰਨ ਤੈਨੂੰ ਕਰਾਉਣਾ ਪਿਆ, ਉਹ ਜਿਹੜਾ ਤੂੰ ਫੱਟ ਦਿੱਤਾ ਨਾ, ਉਹ ਕਦੇ ਨਹੀਂ ਭਰਨਾ, ਹੁਣ ਕਦੇ ਨਹੀਂ ਭਰਨਾ। ਹੁਣ ਆਪਣੇ 'ਚ ਚਾਹੇ ਜਿੰਨੀ ਮਰਜ਼ੀ ਬਣਦੀ ਰਹੇ, ਪਰ ਮੈਨੂੰ ਅੰਦਰੋਂ ਇਹ ਗੱਲ ਮਹਿਸੂਸ ਹੁੰਦੀ ਰਹੂ ਵੀ ਤੂੰ ਮੈਨੂੰ ਦਿਲੋਂ ਪਸੰਦ ਨਹੀਂ ਕਰਦੀ ਤੀ, ਹੁਣ ਆਪਣੀ ਜ਼ਿੰਦਗੀ ਕੱਢਣੀ ਬਹੁਤ ਔਖੀ ਆਪਾਂ ਨੂੰ ਇਕੱਠੇ,
ਇਸ ਕਰਕੇ ਮੈਂ ਤੈਨੂੰ ਤਲਾਕ ਦੇਣਾ ਚਾਹੁੰਦਾ ਸੁਖਪਾਲ। ਪੁੱਤ ਤੂੰ ਇਹ ਕਹੀਆਂ ਗੱਲਾਂ ਕਰੀ ਜਾਂਦਾ। ਬੇਬੇ ਸਹੀ ਗੱਲ ਹੀ ਕਰਦਾ ਮੈਂ, ਸੁਖਪਾਲ ਦੇ ਮੂੰਹ ਚੋਂ ਸਹੀ ਗੱਲ ਹੀ ਨਿਕਲੀ ਤੀ, ਇਹ ਮੈਨੂੰ ਪਸੰਦ ਨਹੀਂ ਕਰਦੀ ਤੀ, ਇਹਨੇ ਮੇਰੇ 8 ਕਿੱਲਿਆਂ ਨਾਲ ਹੀ ਵਿਆਹ ਕਰਾਇਆ ਤੀ। ਹੁਣ ਬੇਬੇ ਮੈਨੂੰ ਇਹਦੇ ਨਾਲ ਜ਼ਿੰਦਗੀ ਕੱਢਣੀ ਬਹੁਤ ਔਖੀ ਹੈ। ਸੁਖਪਾਲ ਤੂੰ ਜਿੰਨਾ ਮਰਜ਼ੀ ਚਿਰ ਇੱਥੇ ਆਰਾਮ ਕਰਕੇ ਆਪਦੇ ਘਰ ਜਾ ਸਕਦੀ ਹੈ। ਰਹੀ ਗੱਲ ਗਰੀਬੀ ਦੀ ਤੇਰੀ ਦੀ, ਉਹ ਤੈਨੂੰ ਹਿੱਸਾ ਤੇਰਾ ਮਿਲ ਜੂਗਾ। ਤੂੰ ਪੁੱਤ ਜੱਸੇ ਨੂੰ ਉਹਦੇ ਬਹੁਤ ਕੌੜੀ ਗੱਲ ਕਹਿ ਬੈਠੀ। ਸਿਆਣੇ ਕਹਿੰਦੇ ਹੁੰਦੇ ਨੇ ਤਲਵਾਰ ਦਾ ਫੱਟ ਤਾਂ ਭਰ ਜਾਂਦਾ ਹੈ, ਜ਼ਬਾਨ ਦਾ ਫੱਟ ਨਹੀਂ ਭਰਦਾ। ਹਾਂਜੀ, ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਤੁਸੀਂ ਜੁੜੇ ਹੋ ਪੇਂਡੂ ਵਿਰਸਾ ਦੇ ਨਾਲ। ਹੁਣ ਵਾਰੀ ਹੈ ਤੁਹਾਡੀ, ਜਾਣੀ ਕਮੈਂਟ ਕਰਨ ਵਾਲਿਆਂ ਦੀ। ਜਸਮੀਰ ਕੌਰ ਸੇਖੋਂ, ਨਵਜੋਤ ਪੱਡਾ ਇਟਲੀ, ਕੁਲਵੰਤ ਸ਼ਰਮਾ ਮਧੀਰ, ਪ੍ਰਵੀਨ ਬੂਲ ਪਿੰਡ ਹਰਕੇਵਲ ਸੰਧੂ ਕਨੇਡਾ, ਹਰਜੋਤ ਕੌਰ UK, ਗੁਲਾਬ ਸੈਣੀ ਰਤੀਆ, ਪਰਮਜੀਤ ਭਿੰਡਰ, ਵੀਰਪਾਲ ਕੌਰ ਸੂਰਤੀਆ ਹਰਿਆਣਾ, ਜਸ ਸੇਖੋਂ ਬੋੜਾਲ, ਕਮਲ ਪੱਖੋਂ ਜਗਤਾਰ ਗੁਮਟੀ ਬਰਨਾਲਾ, ਹਰਮੀਤ ਸਿੰਘ ਕਲੇਰ, ਗੋਰਾ ਬੁੱਟਰ ਤੁੰਗਾਲੀ, ਅੰਕਿਤ ਪਟਿਆਲਾ, ਜਸ਼ਨ ਨੂਰ ਮੋਗਾ, ਗੁਲਵੰਤ ਕੌਰ ਖੰਨਾ, ਜਗਤਾਰ ਸਿੰਘ ਖੋਖਰ, ਰਾਜਵਿੰਦਰ ਕੌਰ, ਸੁਖਵਿੰਦਰ ਕੌਰ ਰੱਲਾ, ਰਸ਼ਪਾਲ ਸਿੰਘ ਵਾਂਗਰ UK, ਸਰਬਜੀਤ ਕੌਰ, ਹਰਸ਼ਵਿੰਦਰ ਸਿੰਘ ਕਾਨਗੜ, ਜਸਬੀਰ ਕੌਰ ਸੈਨਪੁਰਾ। ਸ਼ੁਕਰੀਆ ਜੀ, ਮਿਹਰਬਾਨੀ। ਬਾਕੀ ਨੈਕਸਟ ਵੀਡੀਓ 'ਚ ਧੰਨਵਾਦ ਜੀ, ਸ਼ੁਕਰੀਆ, ਰੱਬ ਰਾਖਾ। ਬਾਈ ਵੀਡੀਓ ਭੇਜ ਦਿਆ ਕਰੋ ਸਾਰੇ ਰਿਸ਼ਤੇਦਾਰਾਂ ਨੂੰ, ਇੱਕ ਲਾਈਕ, ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਆ ਕਰੋ।